ਰੌੜਕੀ ਦੀ ਟੀਮ ਚ ਖੇਡੇ ਭਾਜੀ ਆਪਣੇ ਇੱਥੇ ਮੈਚ ਬਹੁਤ ਵਧੀਆ ਹੋਇਆ ਸੀ ਲਤਰਾਂ ਤੋਂ ਸੰਦੀਪ ਭਾਜੀ ਹੁਣਾਂ ਮੈਚ ਆ ਗਿਆ ਸਾਡਾ ਜਿਹੜਾ ਸੱਦਿਆ ਨਹੀਂ ਬਾਅਦ ਚ ਟੂਰਨਾਮੈਂਟਾਂ ਦੇ ਜਿਹੜਾ ਕੱਪਾਂ ਦੇ ਚਲੋ ਉਹ ਕਹਣਾ ਨੌਯਾਨਾ ਹੀ ਆ ਇਹਨਾਂ ਨਾਲ ਮੈਚ ਆ ਵਹੀ ਤੇ ਆਪਣੇ ਜੱਤਰਾਂ ਖੇਡੇ ਸੀ ਤੇ ਭਾਜੀ ਇਹਨਾਂ ਦਾ ਮੈਚ 5-6 ਜੱਫੇ ਬਾਅਦ ਤੇ ਲਤਰਾਂ ਟੂਰਨਾਮੈਂਟ ਦੀ ਪਹਿਲੀ ਵੇ ਕਮਲ ਭਾਜੀ ਆਇਆ ਕਬੱਡੀ ਫੜ ਲਿਆ ਪੂਜੀ ਫੌਜੀ ਭਾਜੀ ਆਇਆ ਬਾਅਦ ਚ ਪਤਾ ਨਹੀਂ ਭਾਜੀ ਉਧਰ ਭਾਜੀ ਪਤਾ ਨਹੀਂ ਤੇ ਇਹ ਬਾਅਦ ਚ ਭਾਈ ਵੀ ਸੁਲਤਾਨ ਭਾਈ ਨੇ ਪੰਜਾਂ ਨਹੀਂ ਬਾਅਦ ਚ ਸੁਲਤਾਨ ਭਾਜੀ ਕਬੱਡੀ ਨੂੰ ਲਾਵੇ ਮੈਚ ਹੀ ਬਹੁਤ ਵੱਸ ਜੀ ਫਿਰ ਸੰਦੀਪ ਭਾਈ ਭਾਈ ਵਿੱਚੋਂ ਮੈਨੂੰ ਫੜ ਕੇ ਲਗਾਇਆ ਕਿਹਦਾ ਸਾਡਾ ਬੰਦਾ ਵਾ ਤੇ ਵਿਦੇਸ਼ ਦਾ ਵੀਜ਼ਾ ਲੱਗਿਆ ਕਿ ਨਹੀਂ ਚੰਗੀਆਂ ਚੰਗੀਆਂ ਟੀਮਾਂ ਲਈ ਖੇਡਿਓ ਤੁਸੀਂ ਵਿਦੇਸ਼ ਭਾਈ ਮੈਂ ਮਲੇਸ਼ੀਆ ਵੀ ਖੇੜਿਆ ਆ ਭਾਈ ਆਪਣੇ ਬਹਿਰੀਨ ਵੀ ਤੇ ਨਿਊਜ਼ੀਲੈਂਡ ਭਾਜੀ ਆਪਣੀ ਪਿੰਦੇ ਨੇ ਗੱਲ ਕਰਾਈ ਸੀਗੀ ਸੱਜਣ ਵਾਲੀ ਇਹਨੇ ਤੇ ਉਹਦੀ ਬਦੌਲਤ ਭਾਜੀ ਆਪਾਂ ਯਾਦ ਕਲੱਬ 'ਚ ਖੇੜਿਆ ਹਾਂ ਹਾਂਜੀ ਭਾਈ ਸੱਤਾਂ ਜੱਫੀਆਂ ਸਾਡਾ ਇੱਕ ਇੱਕ ਜੱਫਾ ਸੀਗਾ ਟਰੈਕਟਰ ਤੇ ਤੇ ਭਾਜੀ ਮੇਰਾ ਉਸ ਦਿਨ ਜੱਫਾ ਇੱਕ ਹੋਲਡ ਸੀਗਾ ਨੰਬਰ ਤਾਂ ਭਾਜੀ ਉਹ ਮੇਰਾ ਹੀ ਸੀਗਾ ਭਲਾ ਆਪਾਂ ਹੁਣ ਵੀਡੀਓ ਪਾ ਪਾ ਲਈਏ ਜਦੋਂ ਮਰਜ਼ੀ ਪਾ ਲਈਏ ਮੇਰੇ ਜਿਹਨਾਂ ਦਾ 10 ਚੋਂ ਭਾਜੀ 7 ਗਾਰੀ ਦੇਖੀ ਆ ਆਪਣਾ ਨੰਬਰ ਲੱਗਦਾ ਤਿੰਨ ਕਵਾਰੀ ਡਾਟ ਹੋਊਗਾ ਕਿਤੇ ਰੇਡਰ ਦਾ ਤਨੇਗਾ ਜੀ ਉੱਤੇ ਭਾਜੀ ਮੇਰਾ ਟਰੈਕਟਰ ਉੱਧਰ ਦੇ ਤਾ ਕਮੇਟੀ ਨੂੰ ਭਾਜੀ ਡਿਸੀਜਨ ਲੈਣਾ ਚਾਹੀਦਾ ਸੀਗਾ ਚਲੋ ਸ਼ੋਅ ਨਹੀਂ ਹੁੰਦਾ ਹਨਾ ਤੇ ਤੁਸੀਂ ਸਵੀਰ ਨੂੰਗਾ ਉਹਦਾ ਫੈਸਲਾ ਕਰ ਲੋ ਹੁਣ ਕਮਾਲਪੁਰ ਵਾਲਿਆਂ ਨੇ ਕੀਤਾ ਹੀ ਆ ਭਾਜੀ ਸ਼ੇਰਾ ਮੀਰਾ ਕੋਟੜਾ ਉੱਤੇ ਮੋਟਰਸਾਈਕਲ ਲੱਗੇ ਸੀਗੇ ਕਿਸੇ ਨੇ ਜੱਫਾ ਨਹੀਂ ਲਾਇਆ ਉਹ ਮੋਟਰਸਾਈਕਲ ਜਿੱਤ ਗਿਆ ਫਿਰ ਉਸ ਤੋਂ ਉਹਦਾ ਮੋਟਰਸਾਈਕਲ ਨਹੀਂ ਲੱਗੇ ਸੀ ਤੁਸੀਂ ਜੱਫਾ ਲਾ ਗਏ ਜਦੋਂ ਭਾਜੀ ਪੰਜ ਕਬੱਡੀਆਂ ਸੀਗੀਆਂ ਪੰਜ ਕਬੱਡੀਆਂ ਇਹ ਲੱਗਿਆ ਭਾਜੀ ਤੇ 7ਵੀਂ ਹਰੀ ਮੈਂ ਕਿਹਾ ਭਾਈ ਮੈਨ ਲੱਗਦਾ ਕੋਈ ਨਾ ਮਜੀਰਾ ਭਾਈ ਛਵੀ ਕਬੱਡੀ ਫੜ ਲਿਆ ਫਸ 7ਵੀਂ 8ਵੀਂ ਫੇਰ ਫੜ ਲਿਆ ਭਾਜੀ ਮੈਂ ਭਾਈ 4 ਕ ਮੋਟਰਸਾਈਕਲ ਜਿੱਤ ਗਿਆ ਭਾਜੀ 4 ਮੋਟਰਸਾਈਕਲ ਜਿੱਤ ਗਿਆ ਇੱਕ ਆਪਾਂ ਨੂੰ ਸਨਮਾਨ ਹੋਇਆ ਭਾਜੀ ਬੋਲਡ ਤੇ ਇੱਕ ਗਾਂ ਜਿੱਤੀ ਭਾਜੀ ਤੇ ਐਲਈਡੀਆਂ 8 ਕ ਜਿੱਤੀਆਂ ਭਾਜੀ ਮੁੰਡੀਆਂ ਸੋਨੇ ਦੀਆਂ ਜਿੱਤੀਆਂ 3-4 ਤੇ ਨਗਦ ਰਾਸ਼ੀ ਨਾਲ ਭਾਈ ਬਹੁਤ ਆਉਂਦੇ ਬੈਠੇ ਨਿਕਲ ਗਏ ਦਰਸ਼ਕ ਵੀ ਰੁੱਕ ਕਬੱਡੀ ਦੇ ਵਿੱਚ ਅਨੇਕਾਂ ਤਰ੍ਹਾਂ ਦੇ ਦਾਅ ਮਸ਼ਹੂਰ ਨੇ ਕੋਈ ਗੁੱਟ ਤੋਂ ਫੜ ਕੇ ਜੱਫਾ ਲਾਉਂਦਾ ਕੋਈ ਮੂਰੇ ਹੋ ਕੇ ਜੱਫਾ ਲਾਉਂਦਾ ਇੱਕ ਚੋਰ ਜਫਾ ਲਾਉਣਾ ਕਬੱਡੀ ਦੇ ਵਿੱਚ ਅਹਿਮ ਦਾਮ ਨਾ ਜਾਂਦਾ ਜਿਵੇਂ ਕਿ ਪੁੱਠੀ ਕੈਂਚੀ ਮਾਰਨੀ ਜਾਂ 2 ਨੰਬਰ ਤੋਂ ਇਸ ਤਰੀਕੇ ਰੇਡਰ ਦੀਆਂ ਲੱਤਾਂ ਦੇ ਵਿੱਚ ਵੜਨਾ ਕਿ ਜਫਾ ਟੌਪ ਦਾ ਲਾਉਣਾ ਪਰ ਚੋਰ ਜਫਾ ਲਾਉਣ ਵਾਲੇ ਜਾਫੀ ਜਿਆਦਾ ਪ੍ਰਚਲਿਤ ਨਹੀਂ ਹੁੰਦੇ ਸ਼ੋਅ ਨਹੀਂ ਹੁੰਦੇ ਇੱਕ ਚੋਰ ਜਫਾ ਲਾਉਣ ਵਾਲਾ ਜਾਫੀ ਸਤੂ ਸ਼ੇਰਪੁਰ ਦੋਨਾਂ ਜੋ ਲੰਮੇ ਸਮੇਂ ਤੋਂ ਕਬੱਡੀ ਖੇਡ ਰਿਹਾ ਪਰ ਚੋਰ ਜਫਾ ਲਾਉਣ ਕਰਕੇ ਸ਼ੋਅ ਨਹੀਂ ਹੋਇਆ ਪਰ ਜਫੇ ਬੜੇ ਸੋਹਣੇ ਲਾਉਂਦਾ ਕਾਫੀ ਜਿਹੜਾ ਟੂਰਨਾਮੈਂਟ ਹੁੰਦੇ ਸਰਚ ਕਰਿਆ ਜਿੱਥੇ ਉਹਨਾਂ ਨੇ ਟਾਪ ਦੇ ਜੱਫੇ ਲਾਇ ਤੇ ਟਾਪ ਦੇ ਰੇਡਰਾਂ ਨੂੰ ਅੱਜ ਸਤੂ ਸ਼ੇਰਪੁਰ ਦੋਨਾਂ ਨਾਲ ਉਹਨਾਂ ਦੀ ਖੇਡ ਕਬੱਡੀ ਬਾਰੇ ਗੱਲਬਾਤ ਕਰਾਂਗੇ ਆਓ ਕਰੀਏ ਉਹਨਾਂ ਦਾ ਡੀਪੀਡੀ ਟੈਲੀਵਿਜ਼ਨ ਤੇ ਸਵਾਗਤ ਸਸਿਓਆ ਨਵੀ ਭਾਈ ਤੁਸੀਂ ਡੀਪੀਡੀ ਟੈਲੀਵਿਜ਼ਨ ਦੇ ਸਾਡੇ ਪੰਡਾਏ ਬਹੁਤ ਧੰਨਵਾਦ ਤੁਹਾਡਾ ਹਾਂ ਸ਼ੁਕਰੀਆ ਸਤੂ ਜੀ ਸਤੂ ਜੀ ਕਾਫੀ ਗੱਲਾਂ ਬਤਾਂ ਕਰਾਂਗੇ ਤੇ ਮੇਰਾ ਪਹਿਲਾ ਸਵਾਲ ਇਹ ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਕਿਹਾ ਕਿ ਚੋਰ ਜੱਫਾ ਲਾਉਨੇ ਹੋ ਇਸ ਕਰਕੇ ਨਾਮ ਨਹੀਂ ਜ਼ਿਆਦਾ ਸ਼ੋ ਹੋਇਆ ਭਾਜੀ ਹੋ ਸਕਦਾ ਇਸ ਕਰਕੇ ਨੇ ਸ਼ੋ ਹੋਇਆ ਵੇ ਜੱਫੇ ਤਾਂ ਭਾਜੀ ਹਰੇਕ ਥਾਂ ਤੇ ਹੁੰਦੇ ਆ ਚਾਰ ਪੰਜ ਹੁੰਦੇ ਆ ਪਬਲੀਕਰ ਕੀ ਪਤਾ ਇਸ ਕਰਕੇ ਨਾ ਬੜਾ ਸ਼ੋਅ ਹੋਇਆ ਹੋਵੇ ਤੇ ਇੰਨਾ ਸਮਿਆਂ ਦੇ ਵਿੱਚ ਜਿਵੇਂ ਤੁਸੀਂ ਕਬੱਡੀ ਖੇਡ ਰਹੇ ਹੋ ਹੁਣ ਤੇ ਕਿਹੜੇ ਕਿਹੜੇ ਰੀਡਰਾਂ ਨੂੰ ਜੱਫੇ ਲਾਏ ਜਿਵੇਂ ਕਿ 2022 ਦੇ ਸੀਜ਼ਨ ਦੇ ਵਿੱਚ 22 ਦੇ ਸੀਜ਼ਨ ਭਾਈ ਤਕਰੀਬਨ ਤਾਂ ਸਾਰੇ ਰੀਡਰਾਂ ਨੂੰ ਭਾਈ ਜੱਫੇ ਲਾਤੇ ਬਾਕੀ ਮਹਾਰਾਜ ਦੀ ਕਿਰਪਾ ਸਾਰੇ ਰੀਡਰਾਂ ਨੂੰ ਟੂਰਨਾਮੈਂਟ ਵੀ ਭਾਈ ਸਾਰੇ ਵਧੀਆ ਲੱਗ ਗਏ ਕਿਹੜੇ ਕਿਹੜੇ ਟੂਰਨਾਮੈਂਟ ਚੰਗੇ ਖੇਡੇ ਇਸ ਵਾਰ ਟੂਰਨਾਮੈਂਟ ਭਾਈ ਤਕਰੀਬਨ ਜਿੰਨੇ ਕਿ ਖੇਡੇ ਭਾਜੀ ਜੇ ਇਸ 60-70 ਖੇਡੇ ਹੋਣੇ ਵਿੱਚੋਂ 60 ਤਾਂ ਵਧੀਆ ਖੇਡੇ ਹੋਣੇ ਭਾਜੀ 60 17 ਦੇ 17 ਦੇ ਵਿੱਚ 60 ਟੂਰਨਾਮੈਂਟ ਵਜੇ ਹਾਂ ਵਧੀਆ ਖੇਡਦੇ ਆਉਣੇ ਬੜੀ ਉਹਨਾਂ ਜੋ ਜਿੱਤੇ ਕਿੰਨੇਗਾ ਜਿੱਤੇ ਵੀ ਭਾਜੀ ਤਕਰੀਬਨ ਇੰਨੇ ਕ ਜਿੱਤੀ ਗਏ ਹੋਣੇ ਆ ਤਕਰੀਬਨ ਕਿਤੇ ਭਾਜੀ ਹਾਰੇ ਆਦ ਕੀ ਜੇ ਮੰਨ ਲਓ ਆਪਾਂ 25 ਮੈਚੇ ਖੇਡੇ 25 ਮੈਚਾਂ ਵਾ ਅਗਰ ਤਿੰਨ ਕ ਮੈਚ ਹਾਰੇ ਹੋਵਾਂਗੇ 25 ਮੈਚਾਂ ਵਾ ਅਗਰ ਤਿੰਨ ਕ ਮੈਚ ਹਾਂਜੀ ਭਾਈ ਵਧੀਆ ਮੰਗ ਆ ਕਿ ਟੀਮਾਂ ਦੇ ਵਿੱਚ ਹਾਂ ਭਾਜੀ ਵਧੀਆ ਭਾਜੀ ਜੀ ਯਾਨੀ ਕਿ ਵਧੀਆ ਚੰਗੀ ਮੰਗ ਹੋ ਰਹੀ ਐ ਇਸ ਕਰਕੇ ਚੰਗਾ ਖੇਡਦੇ ਆ ਰਹੇ ਹਾਂ ਜੀ ਭਾਜੀ ਤੇ ਮੈਂ ਇਹੀ ਕਾਰਨ ਲਿਆ ਕਿ ਨਾਂ ਨਹੀਂ ਸ਼ੋ ਹੋਇਆ ਜਾਂਦਾ ਸ਼ਾਹਦ ਭਾਜੀ ਇਹ ਕਾਰਨ ਰਿਹਾ ਹੋਵੇ ਕਿੰਨੇ ਲੰਮੇ ਸਮੇਂ ਤੋਂ ਕਬੱਡੀ ਖੇਡਦੇ ਸਾਤੋਂ ਮੈਂ ਭਾਜੀ 2012 ਦੇ ਸਾਡੇ ਪਿੰਡ ਦੇ ਜਦੋਂ ਸਾਰੇ ਖੇਡਣ ਲੱਪੇ ਸੀਗੇ ਜਦੋਂ ਪਹਿਲਾਂ ਹੁੰਦੇ ਸੀ ਆਈ ਉਹਨੇ 20 ਜਣੇ ਖੇਡਣ ਦੇ ਤੇ ਵਿੱਚੋਂ ਭਾਜੀ ਭਾਈ ਇਕੱਲਾ ਹੀ ਰਹਿ ਗਿਆ 2012 ਦੇ ਵਿੱਚ 20 ਜਣੇ ਕਬੱਡੀ ਖੇਡਦੇ ਸੀ ਇਕੱਲੇ ਕਿਉਂ ਰਹਿ ਗਏ ਬਾਕੀ ਕਿਉਂ ਛੱਡ ਗਏ ਭਾਈ ਤਕਰੀਬਨ ਘਰ ਦੀਆਂ ਮਜਬੂਰੀਆਂ ਮਾਰ ਗਈਆਂ ਕਿਸੇ ਨੂੰ ਕੋਈ ਬਾਹਰ ਚਲ ਗਿਆ ਕੋਈ ਕੌਸ਼ ਆਪਾਂ ਇੱਥੇ ਹੀ ਕੀ ਬਣਾ ਰੱਬ ਨੇ ਇਧਰ ਲਈ ਸੈਟ ਲਾਉਣਾ ਹੋਵੇ ਤੇ ਤੁਸੀਂ ਹੌਸਲਾ ਕਿਉਂ ਨਹੀਂ ਹਾਰਿਆ ਬਾਕੀ ਰਾਹ ਲੈਂਡ ਛੱਡ ਗਏ ਆਪਣੀ ਭਾਈ ਰੱਬ ਜਿੱਧਰ ਨੂੰ ਤੋਰ ਦਿੰਦਾ ਕੋ ਤੁਹਾਨੂੰ ਪਤਾ ਹੀ ਆ ਉਹ ਵੀ ਉਧਰ ਨੂੰ ਆਪਦੇ ਆਪ ਦੇ ਕੰਮਾਰੇ ਬੀਜੀ ਹੋ ਗਿਆ ਮੈਂ ਇਧਰ ਨੂੰ ਹੋ ਗਿਆ ਭਾਜੀ ਤੇ ਸ਼ੁਰੂਆਤੀ ਸਮੇਂ ਚ ਕਿੰਨੀ ਕੁ ਮਿਹਨਤ ਰਹੀ ਸੱਤੋ ਦੀ ਜਿਵੇਂ ਕਿ ਕਬੱਡੀ ਨੂੰ ਲੈ ਕੇ ਸੋਚਦਾ ਸੀ ਜਾਂ ਕਬੱਡੀ ਦੇ ਵਿੱਚ ਕਿਸੇ ਰੀਡਰ ਨੂੰ ਜਾਂ ਜਾਫੀ ਨੂੰ ਦੇਖਦਾ ਸੀ ਮੈਂ ਇਹਦੇ ਵਰਗਾ ਬਣਨਾ ਤੇ ਉਹਦੇ ਵਰਗਾ ਬਣਨ ਦੇ ਲਈ ਮਿਹਨਤ ਹੁੰਦੀ ਆ ਤੁਹਾਡੀ ਕਿੰਨੀ ਕੁ ਮਿਹਨਤ ਰਹੀ ਕੋਈ ਮਿਹਨਤ ਇੱਥੇ ਸਾਰੇ ਲਾਉਂਦੇ ਹੁੰਦੇ ਆ ਆਪਣੇ ਮੁੰਡੇ ਉਦੋਂ ਹੀ ਆ ਮਾੜਾ ਮੋਟਾ ਬਾਕੀ ਤਾਂ ਭਾਈ ਰੱਬ ਵੱਲੋਂ ਕਹਿ ਦਿਆਂ ਗੋੜ ਗੱਫਟ ਜਾਈ ਆ ਬਾਲੀ ਮਿਹਨਤ ਨਹੀਂ ਭਾਈ ਲਈ ਪ੍ਰੋਪਰ ਤੌਰ ਤੇ ਕਬੱਡੀ ਦੀਆਂ ਬ੍ਰੇਕੀਆਂ ਸਿੱਖੀਆਂ ਕਿਤੋਂ ਕਿ ਨਹੀਂ ਜੀ ਹਾਂ ਜੀ ਭਾਈ ਮੈਂ ਜਿੱਥੇ ਦੇਖਣ ਚੱਲ ਜਾਂਦੇ ਹੁੰਨੇ ਸੀਗੇ ਦੇਖੀ ਜਾਣਾ ਉਦਾਂ ਹੀ ਭਾਈ ਤਾਂ ਵਧੀਆ ਲੱਗਦਾ ਹੁੰਦਾ ਸੀਗਾ ਆਪਣੇ ਸੀਚਾ ਵਾਲ ਮੈਚ ਵਧੀਆ ਹੁੰਦੇ ਹੁੰਦੇ ਸੀ ਇੱਥੇ ਦੇਖਣ ਚੱਲ ਜਾਣਾ ਸੀ ਸਾਰਿਆਂ ਨੇ ਢੰਡੋਵਾਲ ਕੱਪ ਹੁੰਦਾ ਹੁੰਦਾ ਉਹ ਬਾਲਾ ਵਧੀਆ ਹੁੰਦਾ ਹੁੰਦਾ ਉੱਥੇ ਦੇਖਣ ਚੱਲ ਜਾਣਾ ਕਿਹੜਾ ਖਿਡਾਰੀ ਸੀ ਜਿਸ ਦੀ ਗੇਮ ਨੇ ਤੁਹਾਨੂੰ ਟੁੰਮਿਆ ਕੋਈ ਸਾਰਾ ਵਧੀਆ ਤਾਜਾ ਭਈ ਲੱਗਦਾ ਹੁੰਦਾ ਸੀ ਤੇ ਸੀਚਾਲ ਖੇਡਣ ਆਉਂਦੇ ਹੁੰਦੇ ਸੀ ਅਸੀਂ ਮੈਚ ਦੇਖਣ ਜਾਂਦੇ ਹੁੰਨੇ ਸੀ ਤੇ ਉਹਨਾਂ ਨੇ ਕਿ ਵਧੀਆ ਟੀਮ ਬਣਾ ਕੇ ਲਿਆਉਣੀ ਜਿੱਦੋਂ ਭਈ ਮਨ ਪਸੰਦੀ ਆ ਵੀ ਉਹ ਰੀਡਰ ਸਿਗਾ ਜਣੀ ਭਈ ਸ਼ਰਵਾਜ ਜੀ ਵੀ ਉਹਨਾਂ ਨਾਲ ਦੇਖੇ ਲਾ ਲੋ ਉੱਥੇ ਹੋ ਗਈ ਤੇਜ ਰੀਡਰਾਂ ਦੇ ਮਰੀਦ ਹਾਂ ਜਿਵੇਂ ਕਿ ਤਾਜੇ ਕਾਲੇ ਸੰਘਿਆਂ ਦੇ ਉਹਦਾ ਰੀਡਰ ਤੌਰ ਤੇ ਖੇਡਦੇ ਤੁਸੀਂ ਜਾਫਾ ਕਿਉਂ ਚੁਣੀ ਕੋਈ ਜਾਫਾ ਹੁਣ ਸਾਡੇ ਭਾਈ ਇੱਥੇ ਰੀਡਰ ਵੀ ਬਹੁਤ ਹੁੰਦੇ ਸੀਗੇ ਪਹਿਲਾਂ ਜਾਫੇ ਇੰਨ ਚਾਰ ਪੰਜ ਹੁੰਦੇ ਸੀ ਉਹਦਾ ਕਰਕੇ ਭਈ ਇਦਾਂ ਹੀ ਬਸ ਜਾਫਾ ਨੂੰ ਹੋ ਗਿਆ ਕਿਤੇ ਕਿਤੇ ਉਦਾਂ ਹੀ ਇੱਥੇ ਗਰਾਊਂਡ 'ਤੇ ਕ ਕਿੰਨੇ ਕ ਵਾਰ ਕਬੱਡੀਆਂ ਪਾਉਣ ਦਾ ਮੌਕਾ ਮਿਲਿਆ ਕਬੱਡੀਆਂ ਪਾਜੀ ਇੱਥੇ ਪੈਂਦੀ ਵਾਈਦੀਆਂ ਇਹ ਕਿਤੇ ਕਿਤੇ ਟੂਰਨਾਮੈਂਟ ਕਿ ਵੀ ਇੱਕ ਦੋ ਵਾਰੀ ਪਾਤੀਆਂ ਹੋਣਗੀਆਂ ਭਾਜੀ ਤੇ ਜਾਫਤ ਤੌਰ ਤੇ ਪ੍ਰੋਪਰ ਤੌਰ ਤੇ ਹੈ ਜਾਫਤ ਤੌਰ ਤੇ ਪ੍ਰੋਪਰ ਹੈ ਭਾਜੀ ਕਿਹੜੇ ਭਾਰ ਵਰਗ ਤੋਂ ਸ਼ੁਰੂਆਤ ਹੋਈ ਤੁਹਾਡੀ ਮੈਂ ਭਾਜੀ 55 ਕਿਲੋ 60 ਕਿਲੋ 70 ਕਿਲੋ 75 ਕਿਲੋ ਭਾਜੀ ਬਾਅਦ ਚ ਓਪਨ ਵਿੱਚ ਬਸ ਅਸੀਂ ਤਾਂ ਸੁਣਦੇ ਆ ਕਿ ਦੁਆਬੇ ਦੇ ਵਿੱਚ ਭਾਰ ਵਰਗ ਹੁੰਦੇ ਨਹੀਂਗੇ ਭਾਜੀ ਉਸ ਟਾਈਮ ਜਦੋਂ ਅਸੀਂ ਖੇਡਦੇ ਸੀ ਉਦੋਂ ਭਾਰ ਵਰਗ ਵਾਲਾ ਮੈਚ ਹੁੰਦੇ ਹੁੰਦੇ ਸੀ ਜਿੱਦਾਂ ਹਰੇਕ ਤਾਂ ਓਪਨ ਦੇ ਮੈਚ ਹੋਣੇ ਪਹਿਲੇ ਦਾਣਾ ਨਹੀਂ ਤਿੰਨ ਦਾਣਾ ਟੂਰਨਾ ਉਹ ਟਾਈਮ ਪਾਜੀ ਫੋਨ ਦਾ ਹੁੰਦਾ ਸੀਗਾ ਟੂਰਨਾਮੈਂਟ ਤੇ ਆਪਣੇ ਇੱਥੇ ਬਹੁਤ ਭਾਰ ਵਰਗ ਹੁੰਦਾ ਹੁੰਦਾ ਸੀ ਲਾਗੇ ਲਾਗੇ ਉਹ ਟੂਰਨਾਮੈਂਟ ਆਪ ਕਾਫੀ ਹੁੰਦੇ ਹੁਣ ਵੀ ਉਸ ਤਰ੍ਹਾਂ ਭਾਰ ਵਰਗ ਹੁੰਦੀ ਹੈ ਕਿ ਨਹੀਂ ਜੀ ਨਹੀਂ ਪਾਜੀ ਹੁਣ ਭਾਰ ਵਰਗ ਜਿੱਦਾਂ ਖਤਮ ਜਾਈ ਹੋ ਗਿਆ ਇੱਕ ਹਾਲ ਦੇ ਨਾ ਕਿਤੇ ਰੱਖਦੇ ਪਾਜੀ ਜਿਹੜੇ ਪਿੰਡ ਦਾ ਪਲੇਅਰ ਹੋਊਗਾ ਉਹ ਰੱਖ ਲੈਂਦੇ ਆ ਨਹੀਂ ਤਾਂ ਤਕਰੀਬਨ ਤਾਂ ਪਾਜੀ ਓਪਨ ਹੀ ਚੱਲਦੀ ਸਾਡੇ ਵਾਲਾ ਓਪਨ ਆਲ ਓਪਨ ਜਾਂ ਕਲੱਬਾਂ ਦੇ ਮੈਚ ਕਲੱਬਾਂ ਦੇ ਮੈਚ ਪਾਜੀ ਜੀ ਭਾਰ ਵਰਗ ਖਤਮ ਹੋਣ ਕਰਕੇ ਕਿਤੇ ਨਾ ਕਿਤੇ ਪਲਾਰੀ ਪਲੇਅਰ ਘਟੋ ਵੱਧ ਰਹੇ ਆ ਪਾਜੀ ਹੁਣ ਭਾਰ ਵਰਗ ਆ ਜਿੱਦਾਂ ਹੁਣ ਆਪ ਕਟ ਵੱਜਨ ਦਾ ਵੀ ਡਰ ਵਾ ਜੇ ਉਹਨਾਂ ਦਾ ਭਾਰ ਹੋਊਗਾ ਉਹ ਇਦੋਂ ਵਧੀਆ ਪਾਪਾ ਜੀ ਭਾਰ ਵਰਗ ਦੇ ਮੈਚ ਕਰਾਉਣੇ ਚਾਹੀਦੇ ਇੱਕ ਗੱਲ ਇਹ ਵੀ ਮੇਰੀ ਕਈ ਸੋਚਨ ਤੱਕ ਕਬੱਡੀ ਵਾਲਿਆਂ ਨਾਲ ਗੱਲ ਹੋਈ ਦਬਾਬੇ ਦੇ ਵਿੱਚ ਮਾਲਵੇ ਦੇ ਵਿੱਚ ਤਾਂ ਤਰਜੀਹ ਭਾਰ ਵਰਗ ਨੂੰ ਦਿੱਤੀ ਜਾਂਦੀ ਉਹ ਕਹਿੰਦੇ ਆ ਕਿ ਪਲੇਅਰ ਕਿਤੇ ਨਾ ਕਿਤੇ ਸਿੱਖ ਕੇ ਵੱਧ ਆਉਂਦਾਗਾ ਵੱਡੀ ਉਮਰ ਦੇ ਵਿੱਚ ਖੇਡਣ ਲੱਗਦਾ ਉਹਨੂੰ ਨੌਲੇਜ ਹੁੰਦੀ ਆ ਕਬੱਡੀ ਦੀ ਇਸ ਕਰਕੇ ਭਾਰ ਵਰਗ ਉਹਨਾਂ ਨੇ ਘਟਾਇਆਗਾ ਹਾਂਜੀ ਭਾਈ ਸ਼ਾਇਦ ਭਾਜੀ ਇਹ ਵੀ ਹੋ ਸਕਦਾ ਵਾ ਜਿੱਦਾਂ ਭਾਰ ਵਰਗ ਭਾਈ ਆਪਾਂ ਚਾਹੀਦਾ ਵਾ ਬਹੁਤ ਕੁਝ ਭਾਈ ਸਿੱਖਣ ਨੂੰ ਮਿਲਦਾ ਉਹਦੇ ਵਿੱਚੋਂ ਦਾ ਪੇਜ ਜੋਪਨ ਵਿੱਚ ਭਾਜੀ ਆਪਾਂ ਜਾਵਾਂਗੇ ਉਹੀ ਬੰਦਾ ਸਿੱਖਿਆ ਜਾਂਦਾ ਥੋੜਾ ਜਿਹਾ ਜਿੱਦਾਂ ਈਜ਼ੀ ਦਾ ਈਜ਼ੀ ਹੋ ਜਾਂਦਾ ਭਾਜੀ ਬੰਦੇ ਤੋਂ ਹਾਦੀਆਂ ਲਗਾਈਆਂ ਹੁਣ ਤਾਂ ਜੀ ਤੇ ਤੁਸੀਂ ਭਾਰ ਵਰਗ 55 ਤੋਂ ਸ਼ੁਰੂਆਤ ਕਰੀ ਕਿਹੜੇ ਭਾਰ ਵਰਗ ਦੇ ਵਿੱਚ ਜਿੱਤੇ ਖੇਡੇ ਦਾ ਕਾਫੀ ਭਾਰ ਵਰਗ ਆ ਭਾਜੀ ਖੇਡੇ ਦਾ ਵਾਵਾ ਆ ਜਿੱਦਾਂ ਜਦੋਂ ਪੈਂਡ ਦੀ ਟੀਮ ਹੁੰਦੀ ਭਾਜੀ ਪਹਿਲੀ ਵਾਰੀ ਅਸੀਂ ਸੀਓ ਹਾਲੇ ਜਿੱਤੇ ਸੀ 62 ਕਿਲੋ ਪਾਣੀ 63 ਕਿਲੋ ਸੀ ਭਾਜੀ ਉਹ ਤੋਂ ਜਿੱਤੇ ਬਾਅਦ ਹੁਣ ਬਲਸਈਆਂ ਭਾਜੀ ਉਦੋਂ ਬਾਅਦ ਸਾਡੇ ਪੈਂਡ ਦੀ ਟੀਮ ਟੁੱਟ ਗਈ ਸੀ ਜੀ ਫਿਰ ਕਿਹੜੀਆਂ ਕਿਹੜੀਆਂ ਟੀਮਾਂ ਲਈ ਭਾਰ ਵਰਗ ਖੇਡੇ ਭਾਜੀ ਮੈਂ ਆਪਣੇ ਮਾਲੂਪ ਹੈਪੀ ਬਾਈ ਨੇ ਇਦਾਂ ਟੀਮ ਬਣਾਈ ਸੀ ਪਹਿਲਾਂ ਤੇ ਉਦੋਂ ਨੀਕ ਭਾਈ ਬਾਹਰ ਸੀਗਾ ਬਾਅਦ ਚ ਨੀਕ ਭਾਈ ਆ ਗਿਆ ਤਾਂ ਫਿਰ ਬਾਅਦ ਚ ਨੀਕ ਭਾਈ ਚਲਾਉਂਗਾ ਪੈਸੀ ਦਾ ਟੀਮ ਉਹਨੂੰ ਸ਼ੌਂਕ ਬਹੁਤ ਹੁੰਦਾ ਸੀਗਾ ਉਹਨੇ ਨਾਲ ਜਾਣਾ ਤੇ ਉਦੋਂ ਭਾਈ ਮਾਲੂਪੁਰ ਦੀ ਸਾਡੀ ਟੀਮ ਵਧੀਆ ਬਣ ਲਾਤੀ ਮਾਲੂਪੁਰ ਜਾਨੀ ਕਿ ਉਹਨਾਂ ਸਮੇਂ ਚ ਬਣਦੀ ਜਦੋਂ 70 ਕਿਲੋ ਵਾਲਿਆਂ ਦੇ ਬਾਹਰ ਵੀ ਜੇ ਲੱਗਦੇ ਸੀਗੇ ਉਹਨਾਂ ਸਮੇਂ ਦੀ ਗੱਲ ਕਰ ਰਹੇ ਹਾਂ ਹਾਂ ਜੀ ਭਾਈ 2013 ਦੀ ਗੱਲ ਉਦੋਂ ਬਣਨੀ ਭਾਈ ਸ਼ੁਰੂ ਹੋਈ ਉਦੋਂ 70 ਕਿਲੋ ਵਾਲੇ ਭਾਈ ਪੇ ਲੱਗਣੋਂ ਖੜ ਗਏ ਸੀ ਜੀ ਜੋ ਕਿ ਉਹਨਾਂ ਸਮੇਂ 70 ਕਿਲੋ ਖੇਡ ਦਿੰਦੇ ਸੀ ਹਾਂਜੀ 70 ਕਿਲੋ ਕਿਹੜੇ ਕਿਹੜੇ ਪਲੇਅਰ ਸਨ ਤੁਹਾਡੀ ਟੀਮ ਦੇ ਵਿੱਚ ਹਾਂ ਨਾ ਭਾਈ ਵਾਹਿਗੁਰੂ ਜਾਫੀ ਸੀਗਾ ਆਪਣਾ ਤੇ ਤੀਰਤ ਮਹਿਮੂ ਵਾਲਾ ਤੇ ਸਨੀ ਬੱਲਾ ਵਾਲਾ ਇਹ ਜਾਫੀ ਭਾਈ ਇੰਚ ਚੱਰੇ ਹੁੰਨੇ ਸੀ ਉਦੋਂ ਜਦੋਂ ਪਹਿਲੋਂ ਟੀਮ ਬਣੀ ਸੀਗੀ 2013 ਚ ਟਰੇਡਰ ਸਾਡੇ ਤੋਂ ਭਾਈ ਮਾਨਾ ਬੱਲਨੌਲਾ ਹੁੰਦਾ ਹੋਵੇਗਾ ਨਰਵੈਰ ਭਾਈ ਹੁੰਦਾ ਸੀ ਬੱਲਾ ਵਾਲਾ ਇਹ ਵੀ ਨਾਲ ਹੀ ਹੁੰਦਾ ਸੀਗਾ ਜੀ ਤੇ ਇੱਕ ਮੁੰਡਾ ਅਜੇ ਹੁੰਦਾ ਸੀ ਤੇ ਬੱਲਨੌਲਾ ਤੇ ਇੱਕ ਕਲਾਲਾ ਰਾਜਾ ਤੇ ਮੰਗੀ ਸੀਚਾਲੀਆ ਹੁੰਦਾ ਸੀ ਭਾਈ ਇਹ ਰੀਡਰ ਉਹ ਸਾਡੇ ਕੋਲ ਪੇਟ ਵਾਲੇ ਹੁੰਦੇ ਸੀ ਭਾਈ 75 ਕਿਲੋ ਜੀ ਚੰਨ ਲੀ ਕਿ ਤੁਹਾਡੀ ਇਕੱਠਿਆਂ ਦੀ ਸ਼ੁਰੂਆਤ ਹੋਈ ਉਹ ਵਾਹਿਗੁਰੂ ਸੀਚਿਆਲ ਮੰਨੇ ਬਲਨੌਂ ਦੀ ਹਾਂਜੀ ਭਾਈ ਪਹਿਲਾਂ ਮੈਂ ਜਹੀਂ ਮੇਰਾ ਦਨਾ ਸ਼ਾਇਦ ਮੂਲੇ ਵਾਲਾ ਖੇੜੇ ਸੀ 70 ਕਿਲੋ ਦਾ ਭਾਈ ਇਹੀ ਸੈਕੰਡ ਰਹਿ ਜਾਂ ਝੰਡ ਭਾਈ ਦਾ ਫਾਈਨਲ ਸੀ ਜੀ ਤੁਹਾਡੇ 70 ਦੇ ਵਿੱਚ ਵੀ ਕਲੱਬਾਂ ਬਣਦੀਆਂ ਸੀ 70 ਦੇ ਭਾਈ ਬਹੁਤ ਵਧੀਆ ਕਲੱਬਾਂ ਬਣਦੀਆਂ ਉਹ ਝੰਡ ਭਾਈ ਦੀ ਟੀਮ ਹੁੰਦੀ ਅੰਬੇ ਭਾਈ ਹੁੰਦਾ ਸੀ ਜਹਾਜ ਕੋਚ ਆਪਣਾ ਮਡਾਲੀ ਵਾਲਾ ਵੀਰ ਗਰੀਹਾ ਇਹ ਭਾਈ ਇਹ ਪੰਜ ਕਿ ਟੀਮਾਂ ਦਾ ਭਾਈ ਬਾਲੀਆਂ ਵਧੀਆ ਬਣਦੀਆਂ ਹੁੰਦੀਆਂ ਤੇ ਕਿਹੜੀ ਟੀਮ ਜ਼ਿਆਦਾ ਮੈਚ ਜਿੱਦੀ ਸੀ ਨਾ ਪੰਜਾਂ ਦੇ ਵਿੱਚ ਮੈਚ ਭਾਈ ਇਦਾਂ ਹੀ ਪੰਜਾਂ ਵਿੱਚ ਪਤਾ ਨਹੀਂ ਕਿਹਨੇ ਜਿੱਤਿਆ ਨਾ ਜਾਰੀ ਭਾਈ ਬੀਰ ਕ੍ਰਿਹੀ ਵਾਲੇ ਜਿੱਤਦੇ ਹੁੰਦੇ ਉਧਰ ਉਹ ਪ੍ਰਯਾਦ ਹੁਣ ਖੇਡਦੇ ਹੁੰਦੇ ਸੀ ਉਹ ਟੀਮ ਵਧੀਆ ਹੁੰਦੀ ਸੀ ਜਿੱਦਾਂ ਸਾਡੇ ਤੋਂ ਕਿਸੇ ਤੋਂ ਕਈ ਵਾਰੀ ਰੇਡਰ ਨਾ ਹੋਣਾ ਕਈ ਵਾਰੀ ਜਾਫੀ ਨਾਲ ਉਹਨਾਂ ਦੀ ਪ੍ਰੋਪਰ ਟੀਮ ਆਉਂਦੀ ਜਾਂਦੀ ਤੇ 70 ਕਿਲੋ ਕਿੰਨੇ ਕ ਜਿੱਤੀ ਤੁਸੀਂ 70 ਕਿਲੋ ਭਾਈ ਬੌਮ ਹੈ ਜਿੱਤੇ ਜੇ ਹਿਸਾਬ ਲਾਈਏ ਭਾਜੀ ਕਾਫੀ ਜਿੱਦਾਂ ਖੇਡਨੇ ਮੈਚ ਲੈ ਕੇ ਭਾਈ ਨੇ ਇਧਰੋਂ ਲੈ ਕੇ ਉਧਰ ਤੌਰ ਪਾਣਾ ਕਿਤੇ ਨਾ ਕਿਤੇ ਤੌਰੀ ਪਾਣਾ ਬਹੁ ਮੇਰੇ ਭਾਈ ਉਹ ਦੀ ਹੱਥ ਇੰਨੇ ਕ ਮੈਚ ਖੇੜਦੇ ਸੀ ਮੈਚ ਭਾਜੀ ਬਸ ਖਿੱਢ ਹੀ ਗਏ ਬਹੁਤ ਹੀ ਮੈਚ ਖੇੜ ਗਏ ਭਾਜੀ ਇਹਨੇ ਕਾਫੀ ਮੈਚ ਖੇੜੇ ਨੇ ਭਾਈ ਆਪਨੇ ਭਾਈ ਮੈਚ ਜਿੱਤੇ ਭਾਈ ਨੇ ਕਹਣਾ ਮੈਚ ਲੱਭੀ ਰੱਖਣੇ ਉਹਨੇ ਜੋ ਪਠਾਨਕੋਟ ਵਾਲਾ ਜਿੱਧਰੋਂ ਨਵੇਂ ਸ਼ਹਿਰ ਵਾਲਾ ਜਿੱਧਰੋਂ ਵੀ ਹੋਇਆ ਉਹ ਲੈ ਕੇ ਤੋਰ ਪੈਣਾ ਬਸ ਕਹਣਾ ਬੈਠੋ ਮੋਟਰਸਾਈਕਲ ਤੇ ਤਰਪੋ ਦਰਿਆ ਤੋਂ ਪਾਰ ਵੀ ਖੇੜਦੇ ਸੀ ਕਿ ਇਧਰ ਹੀ ਛੜ ਖੇੜਦੇ ਸੀ ਦੂਸਰ ਤੋਂ ਪਾਰ ਭਾਜੀ ਮਾਲਵਾ ਸਾਈਡ ਜਾਂਦੇ ਸੀ ਮਾਲਵਾ ਸਾਈਡ ਭਾਜੀ ਘੱਟ ਖੇੜੀ ਸੀ ਮਾਝਾ ਸਾਈਡ ਖੇੜੀ ਵਾਲੀ ਪਠਾਨਕੋਟ ਸਾਈਡ ਨਵਾਂ ਸ਼ਹਿਰ ਜੀ ਹੋਰ ਕੀ ਗੱਲ ਜੀ ਭਾਈ ਬਿਆਸ ਦਰਾਟਪਦੇ ਸੀ ਸਤਲੋਜ ਹੀ ਨਹੀਂ ਡੱਪਦੇ ਸੀ ਸਤਲੋਜ ਹੀ ਨਹੀਂ ਡੱਪਦੀ ਇੱਧਰ ਨੂੰ ਇੱਧਰ ਭਾਈ ਫਿਰ ਪਿੰਡ ਪਧਰ ਹੁੰਦੀ ਉਹ ਤਿੰਨ ਕ ਬੰਦੇ ਬਾਹਰ ਹੁੰਦੇ ਸੀਗੇ ਤੇ ਉਹ ਨੰਬਰ ਚ ਹੀ ਸੱਤ ਦਿੰਦੇ ਸੀ ਉਹਦਾ ਜਿੱਦਾਂ ਸਾਨੂੰ ਭਾਈ ਇੱਕ ਹਸਾਬ ਦਾ ਸਵਾਜ ਨਹੀਂ ਆਉਣਾ ਕਹਣਾ ਪੰਦਾ ਗਰਮੀ ਹੁੰਦਾ ਉਹਦੇ ਤੇ ਉਹ ਤੇ ਮੈਚ ਖਤਮ ਹੋ ਜਾਂਦਾ ਟੀਮਾਂ ਜਿਆਦੀ ਹਾਂ ਖੁੱਲੇ ਮੈਚ ਖੇਡਣ ਵਾਲੇ ਹਾਂ ਟੀਮਾਂ ਜਿਆਦੀਆਂ ਹੁੰਦੀਆਂ ਇੱਥੇ ਟੀਮਾਂ 20 ਕ ਹੁੰਦੀਆਂ ਹੁੰਦੀਆਂ ਆਲੂਪ ਹੁੰਦੀਆਂ ਜੀ ਹਾਂਜੀ ਹਾਂ ਤੁਹਾਡੇ ਸੀਚੇ ਵਾਲੀ ਟੀਮ ਸੀ ਉਦੋਂ ਵਧੀਆ ਬਣਦੀ ਹੁੰਦੀ ਸੀਗੀ ਇਹਨਾਂ ਦਾ ਮੰਜਿੰਦਰ ਰੀਡਰ ਬਹੁਤ ਤਕੜਾ ਹੁੰਦਾ ਸੀ ਉਦੋਂ। ਉਦੋਂ ਦੀ ਮੈਂ ਗੱਲ ਕਰ ਰਿਹਾਗਾ ਪਿੱਛੇ ਜੇ ਮੈਂ ਉੱਥੇ ਗੱਲ ਲੈ ਕੇ ਆਉਣਾਗਾ ਤੇ ਇੱਕ ਟੀਮ ਦੀਪਾ ਬੱਲ ਨੂੰ ਤੇ ਉਦੋਂ ਨਾਲ ਉਹ ਆਪਣੀਆਂ ਟੀਮਾਂ ਮਾਲਵੇ ਚਲੇ ਜਾਣ ਲੱਗੇ। ਉਹਨਾਂ ਨੂੰ 5 ਪੁਆਇੰਟ ਦੇ ਦੇਣੇ। ਕਹਿੰਦੇ ਭਾਜੀ ਇਸ ਤਾਂ ਗਰਮੀ ਹੁੰਨੇ ਉਦੋਂ ਦਾ ਮੈਚ ਮੋੱਕ ਜਾਂਦਾਗਾ। ਜਿਵੇਂ ਕਿ ਇੱਧਰ ਦੇ ਪਲੇਅਰ ਉਧਰ ਹੌਲੀ ਹੌਲੀ ਤਾਂ ਗੇਜ ਜਾਂਦੇ ਆ ਪਲੇਅਰ ਜੋ ਸ਼ੁਰੂਆਤ ਜਾਂਦੇ ਉਹਨਾਂ ਨੂੰ ਔਖਾ ਲੱਗਦਾ ਖੇਡਣਾ। ਭਾਈ ਸ਼ੁਰੂਆਤ 'ਚ ਫੇਰ ਇਹ ਚੱਕਰ ਹੋ ਜਾਂਦਾ ਵਾ। 5-6 ਨੰਬਰਾਂ ਦੇ ਤਾਂ ਭਾਜੀ ਆਪਾਂ ਕਰਦੇ ਵੀ ਕੀ ਆ। ਠੀਕ ਨਹੀਂ ਬੰਦਾ ਬਾਹਾਂ ਜਦੋਂ ਮੈਚ ਗਰਮ ਹੋਣਾ ਜਦੋਂ ਮੈਚ ਗਰਮ ਹੋਣਾ ਇਹ ਜਦੋਂ ਹੋ ਜਾਂਦਾ ਤੇ ਫਿਰ 70 ਕਿਲੋ ਛੱਡ ਕੇ ਓਪਨ ਦੇ ਵਿੱਚ ਕਦੋਂ ਆਏ ਮੈਂ ਭਾਜੀ ਓਪਨ 'ਚ ਭਾਜੀ ਜਿੱਦਾਂ 16 'ਚ ਆ ਗਏ ਸੀ ਭਾਜੀ ਜਿੱਦਾਂ 16 'ਚ ਖੇਡਣ ਲੱਪੇ ਸੀ 18 'ਚ ਭਾਜੀ ਵਧੀਆ ਜਦਾਂ ਹੋ ਗਿਆ ਇਹ ਕੰਮ ਓਪਨ ਜਦਾਂ 18 'ਚ ਜਦੋਂ ਓਪਨ ਆਲੀ ਹੋਗਾ ਸੀ 17 'ਚ ਜਿੱਦਾਂ ਪਹਿਲੋਂ ਭਾਜੀ 16 'ਚ ਗਿਆ ਵਾ ਤੇ ਉਦੋਂ ਓਪਨ ਕਿੰਨਾ ਵਿੱਚ ਵਜੋ ਵਜਦਾ 75 ਦਾ ਕਹਿਦੀਆਂ ਪੌਸੀ ਹੁੰਦਾ ਇੱਕ ਹਸਬ ਦਾ ਭਾਜੀ ਜੀ ਫਿਨਾਲ ਦੇ ਵੀ ਹੁੰਦੇ ਭਾਜੀ ਵੇਟ ਖਿੱਡਣਾ ਕਣ ਚੱਲ ਉਹਨਾਂ ਨਾਲ ਵੀ ਖੇਡ ਕੇ ਉਹਨੇ ਕੋਈ ਨਾ 75 ਖੇਡਦੇ ਆ ਨਾਲ ਓਪਨ ਦੇ 75 ਖੇਡਦੇ ਨੇ ਹਾਂਜੀ ਭਾਈ ਓਪਨ ਜ਼ਿਆਦਾ ਜਿੱਤੀ ਕਿ 75 ਜ਼ਿਆਦਾ ਜਿੱਤੀ ਉਹਨਾਂ ਸਮੇਂ 'ਚ ਉਹਨਾਂ ਸਮੇਂ 'ਚ ਭਾਈ ਜਦੋਂ 18 ਕਿਚਾਏ ਸੀ ਭਾਜੀ ਉਦੋਂ ਓਪਨ ਦੇ ਵੀ ਬਾਬਾ ਜਿੱਤ ਗਿਆ ਮੈਚ ਉਦੋਂ ਭਾਜੀ ਵਜਨੀ ਵਾਲੀ ਜਿੱਤੀ ਜੀ ਤੇ ਓਪਨ ਕਿਹੜੀ ਟੀਮ ਨਾਲ ਖੇਡਣ ਲੱਗੀ ਓਪਨ ਭਾਜੀ ਮਾਲੂਪੁਰ ਜੀ ਇੱਕੋ ਟੀਮ ਜਿੱਤੇ ਕੇ ਹਾਂਜੀ ਭਾਈ ਉੱਪਰ ਉੱਪਰ ਨੂੰ ਇਹੇ ਟੀਮ ਆ ਜੀ ਸਾਡੀ ਸਾਰੀ ਜਦੋਂ ਬਾਅਦ 'ਚ ਭਾਜੀ ਟੀਮ ਟੁੱਟ ਗਈ ਥੋੜਾ ਜਿਹਾ ਤਾਂ ਬਾਅਦ 'ਚ ਭਾਜੀ ਆਪਣੇ ਹੋ ਗਏ ਰੀਡਰ ਪਿੰਦਾ ਹੋ ਗਏ ਸੱਜ ਤੋਲ ਕੀ ਜੀੜਾ ਤੇ ਸ਼ਰਨਾ ਸੰਤੂ ਚੱਠਿਆ ਵਾਲਾ ਹੈਪੀ ਸਿੰਦਰ ਇਹ ਹੋ ਜਾਂਦੇ ਆ ਭਾਈ ਆਪਣੇ ਰੀਡਰ ਜਾਪੀ ਭਾਈ ਮੈਂ ਜੱਗਾ ਮੱਲੀਆ ਵਾਲਾ ਸਿੰਦਰ ਹੋ ਜਾਂਦਾ ਸੀਗਾ ਤਾਂ ਆਪਣਾ ਮੱਤੂ ਸੱਧਮਾ ਵਾਲਾ ਨਗੜੇ ਹੋਣੀ ਪੰਮੇ ਹੋਣੀ ਵਾਵਾ ਜਾਣੇ ਜਿੱਦਾਂ ਇਹ ਭਾਈ ਹੋਊਗਾ ਸੀਗੇ ਇਹਦਾ ਵਾਇਗਰੂ ਹੋਣੀ ਭਾਈ ਉਹ ਪੁੰਚ ਚਲੇ ਗਏ ਸੀਗੇ ਜੀ ਹਾਂਜੀ ਵਾਇਗਰੂ ਵੀਰ ਆ ਗਏ ਓਪਨ ਚਲੇ ਗਏ ਹਾਂਜੀ ਤੇ ਤੁਸੀਂ ਯਾਨੀ ਕਿ ਲੱਗੇ ਲੱਗੇ ਜੀ ਲੱਗੇ ਲੱਗੇ ਪਲੇਅਰ ਹਾਂ ਭਰਾ ਹੁੰਦਾ ਜਿਗਾ ਉਹ ਨਾਲ ਕਿਦਨ ਲੱਪਿਆ ਜਿੱਦਾਂ ਉਹਦੀ ਵਾਵਾ ਸੰਤੂ ਚੱਠਿਆ ਆਉਂਦਾ ਹੀ ਉਹਨੇ ਉਹ ਲੈ ਆਉਣੇ ਫੇ ਸਾਡੀ ਟੀਮ ਭਾਈ ਉੱਧੇ ਖੜੀ ਹੋਗੀ ਓਪਨ ਦੇ ਵਿੱਚ ਵਧੀਆ ਖੜੀ ਹੋ ਗਈ ਸੀ ਹਾਂ ਭਾਜੀ 75 ਓਪਨ ਕੋਈ ਵਧੀਆ ਖੇਡਣ ਲੱਗ ਪਾਪਰ ਤੌਰ ਤੇ ਓਪਨ ਕਦੋਂ ਖੇਡਣ ਲੱਗੇ ਭਾਜੀ ਪ੍ਰੋਪਰ ਮੈਂ 16 ਚ ਤੇ ਭਾਜੀ 15 ਛਾਹ ਤੇ ਆਪਣੇ ਸ਼ਾਹਕੋਟ ਦੀ ਗੀਮ ਚ ਹੀ ਖੇਡਿਆ ਉਦੋਂ ਸ਼ਾਹਕੋਟ ਅਕੈਡਮੀ ਚ ਉਹਦੇ ਵਿੱਚ ਮੈਂ ਕਿੱਦਾਂ ਬਾਅਦ ਚ ਮੇਰੇ ਸੱਟ ਲੱਗੀ ਸੀ ਭਾਜੀ ਬਾਅਦ 17 ਚ ਤੇ ਭਾਜੀ ਗੈ ਵੀ ਗਿਆ 18 ਚ ਭਾਜੀ ਕੋਈ ਓਪਨ ਹੀ ਕਿੱਢੀ ਬਾਅਦ ਚ ਜੀ ਬਾਅਦ ਚ ਵਧੀ ਨਹੀਂ ਖੜੀ ਤੇ ਸ਼ਾਹਕੋਟ ਦੀ ਟੀਮ ਨੇ ਤੁਹਾਡੀ ਚੋਣ ਕਿਵੇਂ ਕਰੀ ਜਾਂ ਕਿਹੜੇ ਟੂਰਨਾਮੈਂਟ ਦੇ ਚੋਣ ਕਰੀ ਜਾਂ ਕਿਵੇਂ ਨਜ਼ਰਾਂ ਦੇ ਵਿੱਚ ਆਏ ਤੁਸੀਂ ਭਾਜੀ ਇਦਾਂ ਨਹੀਂ ਨੇਕ ਭਾਜੀ ਉਹ ਜ ਤੇ ਜਦਾਂ ਰੌੜਕੇ ਕੱਪ ਹੁੰਦਾ ਮੈਨੂੰ ਉਹ ਕਹਿੰਦਾ ਤੂੰ ਇਧਰ ਖੇਡਣਾ ਵਾ ਮੈਂ ਪਾਲੇ ਨੂੰ ਕਹਿਤਾ ਵਾ ਤੇ ਮੈਂ ਉਹਨੂੰ ਕਹਾਈਆ ਪਰ ਰੌੜਕੇ ਖੇਡਣਾ ਭਾਜੀ ਤੇ ਭਾਈ ਨੇ ਉੱਥੇ ਉਹਨਾਂ ਨਾਲ ਖਲਾਇਆ ਤੇਰਾ ਪਾਲੇ ਭਾਈ ਨੇ ਖਲਾਇਆ ਸੀ ਸ਼ਾਹਕੋਟ ਦੀ ਟੀਮ ਚ ਤੇ ਸ਼ਾਹਕੋਟ ਦੀ ਟੀਮ ਦੇ ਵਿੱਚ ਬਹੁਤ ਤਗੜੇ ਤਗੜੇ ਪਲੇਅਰ ਖੇਡੇ ਹੈਗੇ ਤੇ ਤੁਹਾਨੂੰ ਉਹਨਾਂ 'ਚ ਮੌਕਾ ਮਿਲਦਾ ਰਿਹਾ ਕਿ ਐਂਡ ਕੀ ਤੇ ਭਾਜੀ ਉਹਨਾਂ ਨੇ ਮੌਕਾ ਦਿੱਤਾ ਚਲੋ ਮੈਂ ਆਦੇ ਜੱਫੇ ਪਾਤੇ ਤੇ ਤੇ ਬਾਅਦ 'ਚ ਭਾਜੀ ਖੇਡੇ ਆਵਾ ਬਾਅਦ 'ਚ ਭਾਜੀ ਉਹਨਾਂ ਨੇ ਸੱਦਿਆ ਨਹੀਂ ਆਪਾਂ ਨੂੰ ਟੂਰਨਾਮੈਂਟਾਂ ਦੇ ਚਲੋ ਆਪਾਂ ਇੱਕ ਛਪਾਰਚ ਨੇ ਖੇਡੇ ਸੀਗੇ ਜਾਂ ਤਵਾਚੋ ਫੇ ਆਹ ਹੀ ਸਿਸਟਮ ਰਿਹਾ ਆਪਣਾ ਫੇ ਬਾਅਦ ਚੋ ਭਾਜੀ ਮੈਂ ਰੜਕੀ ਦੀ ਟੀਮ ਚ ਖੇਡਣ ਲੱਪਿਆ ਆ ਚੱਕਰ ਹੋ ਗਿਆ ਰੜਕੀ ਦੀ ਟੀਮ ਚ ਖਿੱਡੇ ਭਾਜੀ ਆਪਣੇ ਇੱਥੇ ਮੈਚ ਬਹੁਤ ਵਧੀਆ ਹੋਇਆ ਸੀ ਲਿੱਤਰਾਂ ਤੇ ਉਦੋਂ ਸੰਦੀਪ ਭਾਜੀ ਹੁਣ ਮੈਚ ਆ ਗਿਆ ਸਾਡਾ ਮੈਂ ਸੱਦਿਆ ਨਹੀਂ ਬਾਅਦ ਚ ਟੂਰਨਾਮੈਂਟਾਂ ਦੇ ਜਿਹੜਾ ਕੱਪਾਂ ਦੇ ਚਲੋ ਉਹ ਕਹਣਾ ਨੌਯਾਨਾ ਹੀ ਆ ਇਹਨਾਂ ਨਾਲ ਮੈਚ ਆ ਵਹੀ ਤੇ ਆਪਣੇ ਜੱਤਰਾ ਖਿੱਡੇ ਸੀ ਤੇ ਭਾਜੀ ਇਹਨਾਂ ਨਾਲ ਪੰਜ ਜੱਫੇ ਬਾਅਦ ਤੇ ਲੱਤਰਾ ਟੂਰਨਾਮੈਂਟ ਦੀ ਪਹਿਲੀ ਵੇ ਕਮਲ ਭਾਜੀ ਆਇਆ ਕਬੱਡੀ ਫੜ ਲਿਆ ਪੂਜੀ ਫੌਜੀ ਭਾਜੀ ਆਇਆ ਬਾਅਦ ਚ ਪਤਾ ਨਹੀਂ ਭਾਜੀ ਉਧਰ ਭਾਜੀ ਪਤਾ ਤੇ ਇਹ ਬਾਅਦ ਚ ਭਾਈ ਵੀ ਸੁਲਤਾਨ ਭਾਈ ਨੇ ਪਾਈਆਂ ਨਹੀਂ ਬਾਅਦ ਚ ਸੁਲਤਾਨ ਭਾਈ ਜੀ ਕੋਲ ਲੱਗਿਆ ਮੈਚ ਹੀ ਬਹੁਤ ਵੱਸ ਗਿਆ ਸਾਡਾ ਜੀ ਫਿਰ ਸੰਦੀਪ ਭਾਈ ਭਾਈ ਵਿੱਚੋਂ ਮੈਨੂੰ ਫੜ ਕੇ ਲਗਿਆ ਕਿਹਦਾ ਸਾਡਾ ਬੰਦਾ ਵਾ ਤੇ ਇਹਨੂੰ ਸਾਨੂੰ ਦੇ ਦੋ ਭਾਲੇ ਭਾਈ ਨੂੰ ਫੋਨ ਲਾ ਕੇ ਕਿਹਾ ਆਪਣਾ ਬੰਦਾ ਉਹ ਲੈ ਗਿਆ ਤੇ ਫਿਰ ਭਾਜੀ ਉਸ ਤੋਂ ਬਾਅਦ ਚ ਮੈਂ ਕੋਲਥਮ ਕੱਪ ਖੇਡਿਆ ਭਾਈ ਫਿਰ ਕੱਪ ਇਹਨਾਂ ਨਾਲ ਖੇਡਿਆ ਸ਼ਾਹਕੋਟ ਦੀ ਕਿਨਾਰੇ ਦੁਬਾਰੇ ਫਿਰ ਸ਼ਾਹਕੋਟ ਚ ਆਇਆ ਹਾਂ ਭਾਈ ਫਿਰ ਪਹਿਲਾਂ ਜਣੀ ਕਿ ਆਪਾਂ ਕਹਿ ਦਈਏ ਕਿ ਕਈ ਵਾਰੀ ਸ਼ੋਅ ਨਹੀਂ ਹੁੰਦਾ ਬੰਦਾ ਉਮਰ ਛੋਟੀ ਹੁੰਦੀ ਹੈ ਕਿਤੇ ਨਾ ਕਿਤੇ ਬੰਦਾ ਆ ਪਿੱਛੇ ਹਟ ਕੇ ਗੱਲਬਾਤ ਕਰਦਾ ਜਿਵੇਂ ਆਪਾਂ ਕਹਿ ਦਿੱਇਆ ਕਿ ਜੀਨੇ ਆਣਾ ਹੀ ਅਗਲਾ ਕਹਿੰਦਾਗਾ ਹਾਂ ਜੀ ਉਦੋਂ ਭਾਈ ਫਿਰ ਮੇਰੇ ਰੀਡਰ ਫੜੇ ਉਹਨਾਂ ਨੂੰ ਤੁਹਾਨੂੰ ਪਤਾ ਪਲੇਅਰ ਨੂੰ ਪਤਾ ਹੁੰਦਾ ਹੁਣ ਸੰਦੀਪ ਭਾਈ ਹੁਣੇ ਕਿੱਡੇ ਵੱਡੇ ਪਲੇਅਰ ਸੀ ਉਹਨਾਂ ਨੂੰ ਪਤਾ ਹੁੰਦਾ ਕਿ ਨਾ ਸਾਡਾ ਬੰਦਾ ਸਾਰ ਨੂੰ ਦੇ ਦੋ ਫਿਰ ਉਹਨਾਂ ਨੂੰ ਜਾ ਕੇ ਭਾਜੀ ਬਾਦੂ ਬਾਬੇ ਦੀ ਕਰਪਾ ਚਾਰ ਪੰਜ ਅੱਪੀ ਹੁੰਦੀ ਹੁੰਦੀ ਭਾਈ ਜੀ ਸ਼ਾਹਕੋਟ ਦੇ ਲਈ ਕਿੰਨਾ ਸਮਾਂ ਕਿਹੜੇ ਫਿਰ ਜੀ ਮੈਂ ਭਾਈ 2 ਸਾਲ ਖੇੜ ਗਿਆ ਭਾਈ ਕਿਹੜੇ ਪਲੇਅਰ ਨਾਲ ਖੇਡੇ ਹੋ ਜ਼ਿਆਦਾ ਉਹਨਾਂ ਚ ਕੋਈ ਵੇਚ ਆਪਣਾ ਸੰਦੀਪ ਭਾਈ ਹੁੰਦਾ ਸੀ ਦੀਸ਼ਾ ਭਾਜੀ ਸੋਖਾ ਆਪਣਾ ਬਿੱਲੀਪੂਲਾ ਪਾਲਾ ਭਾਜੀ ਹੁੰਦਾ ਤੇ ਫਿਰ ਸ਼ਾਹਕੋਟ ਦੀ ਟੀਮ ਵੱਲੋਂ ਖੇਡ ਕੇ ਬੈਸਟ ਕਿੰਨੇ ਕ ਵਾਰ ਰਹੇ ਭਾਈ ਬੈਸਟ ਨਹੀਂ ਉਦਾਂ ਵਧੀਆ ਪ੍ਰਦਰਸ਼ਨ ਹੁੰਦਾ ਰਿਹਾ ਵਾਇਰਟੀ ਵਿੱਚ ਜੱਫੇ ਭਾਜੀ ਮੇਰੇ 3-4 ਹੁੰਦੇ ਹੁੰਦੇ ਤੇ ਉਸ ਤੋਂ ਬਾਅਦ ਸ਼ਾਹਕੋਟ ਤੋਂ ਬਾਅਦ ਫਿਰ ਕਿਹੜੀ ਟੀਮ 'ਚ ਖੇਡੇ ਫੇ ਭਾਈ ਮੇਰੇ ਹੱਟ ਲੱਗੀ ਫੇ ਭਾਜੀ ਅਸੀਂ ਮਾਲੂਪੁਰ ਦੀ ਟੀਮ 'ਚ ਮੜਾ ਰੌੜ ਕੇ ਦੀ ਟੀਮ 'ਚ ਖੇਡਿਆ ਭਾਜੀ ਮੈਂ ਫੇ ਆਪਦੀ ਮਾਲੂਪੁਰ ਦੀ ਟੀਮ 'ਚ ਹੀ ਖੇਡੇ ਭਾਜੀ ਕਲੱਬਾਂ ਦੇ ਮੈਚ ਆਲੋਪਨ ਹਾਂਜੀ ਭਾਜੀ ਫੇ ਮਾਲੂਪੁਰ ਦੀ ਸਾਡੀ ਟੀਮ ਟੁੱਟ ਗਈ ਜੀ ਇੱਦਾਂ ਪਲੇਅਰ ਕਈ ਭੱਜ ਗਏ ਭਾਈ ਸਾਡੇ ਤੋਂ ਨਹੀਂ ਗਏ ਪਲੇਅਰ ਭਰੀ ਫਿਰ ਨਿਕਲ ਗਿਆ ਆਪਣੇ ਦਾ ਪਲੇਅਰ ਤਾਂ ਬਹੁਤ ਕੱਢੇ ਦੋ ਜਾਨੀ ਕਿ ਤੁਹਾਡੀ ਕਬੱਡੀ ਤੇ ਤੁਹਾਡੇ ਨਾਲ ਦੀ ਕਬੱਡੀ ਜਿਵੇਂ ਕਿ ਟੀਮ ਦੀ ਆਪਾਂ ਗੱਲਬਾਤ ਕਰੀਏ ਆਪਾ ਡਾਉਣ ਹੁੰਦਾ ਰਿਹਾ ਹਾਂ ਜੀ ਭਾਜੀ ਫਿਰ ਜਦੋਂ ਬੋਲਟ ਹੋਣੀ ਆਪਣੇ ਰਲ ਗਿਆ ਭਾਜੀ ਬੋਲਟ ਹੋ ਗਿਆ ਦੁੱਲਾ ਹੋ ਗਿਆ ਢੋਲ ਵੀ ਹੋਣੀ ਜਲਦ ਭਾਈ ਨਾਲ ਹੀ ਚੀੜਾ ਸੀਗਾ ਚੀੜਾ ਨਕੋਦਰੇ ਖੇਡਣ ਲੱਪਿਆ ਇੱਧਰ ਸੁਰਖ ਪਰਚੇ ਖੇਡਣ ਲੱਪਿਆ ਇਹ ਚੱਕਰ ਬਣ ਗਿਆ ਭਾਜੀ ਵੀ ਟੀਮ ਟੁੱਟ ਗਈ ਤੇ ਫਿਰ ਭਾਜੀ ਟੀਮ ਟੁੱਟ ਗਈ ਤਾਂ ਭਾਜੀ ਟੀਮ ਵੀ ਬਣਾਉਣਾ ਛੱਡ ਗਿਆ ਜੀ ਆ ਵੀ ਤੇ ਅੱਜ ਕੱਲ ਟੀਮ ਬਣਦੀ ਹੈ ਕਿ ਨਹੀਂ ਨਹੀਂ ਭਾਈ ਮਾਲੂਪੁਰ ਦੀ ਜਿੱਥੇ ਭਾਜੀ ਕਵੇ ਕਿ ਤੇ ਰਿਸ਼ਤਦਾਰੀ ਹੁੰਦੀ ਕਿ ਤੇ ਬਣਾ ਲੈਣੀ ਭਾਜੀ ਨਹੀਂ ਤੇ ਉਦਾਂ ਭਾਜੀ ਤਕਰੀਬਨ ਪਿੱਛੇ ਜਿਹਾ ਹਟ ਗਿਆ ਭਾਜੀ ਇਹਦਾ ਪਲੇਰਾਂ ਤੋਂ ਵਾਕ ਅੱਗੇ ਕਹਿ ਲੀਂਗੇ ਨਾ ਹੀ ਹਟ ਗਿਆ ਤੇ ਹੁਣ ਤੁਸੀਂ ਕਿਹੜੀ ਟੀਮ 'ਚ ਖੇਡਦੇ ਹੋ ਅੱਜ ਕੱਲ ਮੈਂ ਭਾਈ ਨਕੋਦਰ ਦੀ ਟੀਮ 'ਚ ਖੇਡਦਾ ਹਾਂ 2 ਸਾਲ ਹੋ ਗਏ ਐਨ ਆਰ ਆਈ ਨਕੋਦਰ ਐਨ ਆਰ ਆਈ ਨਕੋਦਰ ਸਤੋ ਜੀ ਫਿਰ ਨਕੋਦਰ ਦੀ ਟੀਮ ਦੇ ਵਿੱਚ ਤੁਹਾਡੀ ਚੋਣ ਕਿਵੇਂ ਹੋਈ ਨਕੋਦਰ ਦੀ ਟੀਮ 'ਚ ਭਾਜੀ ਮੰਨਾ ਭਾਈ ਆਪਣਾ ਦੂਜਾ ਨਕੋਦਰ ਵਾਲਾ ਜਿਹੜਾ ਕੋਚ ਆ ਉਹਨਾਂ ਮਾੜਾ ਮੋਟਾ ਪਿਆਰ ਹ ਤੇ ਭਾਜੀ ਫਿਰ ਕੱਪ ਵੀ ਉਧਰੇ ਖਿੱਤੇ ਤੇ ਜਿਹੜੀ ਵੀ ਗੱਲ ਕੀਤੀ ਨੇਕ ਭਾਈ ਨੇ ਕੀਤੀ ਭਾਈ ਕੱਪਾਂ ਦੀ ਵੀ ਉਹਨਾਂ ਨਾਲ ਕਿਉਂਕਿ ਆਪਾਂ ਪਹਿਲ ਦੀ ਤੌਰ ਤੇ ਭਾਜੀ ਨੇਕ ਭਾਈ ਮੂਰੇ ਜੇ ਕੱਪ ਖੇਡਨੇ ਅੱਜ ਵੀ ਖੇਡਣੇ ਆਂ ਦਾ ਵੀ ਖੇਡਣੇ ਆ ਤੇ ਆਪਾਂ ਪਹਿਲੋ ਭਾਜੀ ਭਾਈ ਨੂੰ ਦੱਸੀਦਾ ਵਾ ਭਾਜੀ ਮਾੜੀ ਗੱਲ ਕਰ ਲਾ ਟੀਮ ਵਾਲਿਆਂ ਨਾਲ ਜੀ ਹਾਂ ਯਾਨੀ ਕਿ ਅੱਜ ਕੱਲ ਨੂੰ ਕੋਦਰ ਦੇ ਵਿੱਚ ਖੇਡ ਰਹੇ ਆ ਕੋਦਰ ਦੇ ਵਿੱਚ ਆਉਣ ਵਾਲੇ ਸਮੇਂ 'ਚ ਵੀ ਆਉਣ ਵਾਲੇ ਟਾਈਮ 'ਚ ਭਾਈ ਦੇਖਦੇ ਹਾਂ ਕਿੱਧਰੋਂ ਖੇਡਦੇ ਆ ਜਿੱਧਰੋਂ ਨੇਕ ਭਾਈ ਕਹੂਗਾ ਫਿਰ ਉਧਰੋਂ ਖਿੱਦਾਂਗੇ ਤੇ ਮੇਜਰ ਲੀਗ ਦੇ ਵਿੱਚ ਪਿਛਲੇ ਸਾਲ ਟੀਮ ਬਣੀ ਸੀਗੀ ਉਦੋਂ ਕਿਸ ਤਰ੍ਹਾਂ ਦਾ ਖੇਡੇ ਤੁਸੀਂ ਭਾਈ ਬਹੁਤ ਵਧੀਆ ਪਰ ਦਚਾ ਰਿਆ ਨਗੋਦਰ ਟੀਮ ਚ ਭਾਈ ਤਿੰਨ ਚਾਰ ਜੱਫੇ ਹੁੰਦੇ ਹੀ ਹੁੰਦੇ ਸੀ ਤਕਰੀਬਨ ਆਪਣੇ ਤਿੰਨ ਚਾਰ ਜੱਫੇ ਯਾਨੀ ਕਿ ਹਰ ਮੈਚ ਦੇ ਵਿੱਚ ਹਰ ਇੱਕ ਮੈਚ ਭਾਈ ਐਵਰੇਜ ਇਦਾਂ ਨਿਕਲਦੀ ਰਹੀ ਆ ਦੋਹਾਂ ਤੋਂ ਤੋਂ ਭਾਈ ਘੱਟ ਹੁੰਦੇ ਹੀ ਨਹੀਂ ਸੀ ਇਦਾਂ ਕਈਆਂ ਕਈ ਵਾਰੀ ਪੈਣਾ ਇਹਨੇਗਾ ਇਹ ਵੀ ਨਹੀਂ ਕਹਿਤਾ ਤੇ ਆਪਾਂ ਪਾਇ ਨਹੀਂ ਜੱਫਾ ਜੀ ਹੁੰਦੇ ਹੀ ਸੀਗੇ ਕਈ ਵਾਰੀ ਸਾਤ-ਸਾਤ ਵੀ ਪੈਣੇ ਭਾਈ ਜੀ ਤੇ ਅਕੈਡਮੀਆ ਦੇ ਨਾਲ ਨਾਲ ਆਲ ਓਪਨ ਕਿਹੜੀ ਟੀਮ ਚ ਖੇਡਦੇ ਹੋ ਆਲੂਪਨ ਭਾਈ ਜਿੱਦਾਂ ਆਪਣੇ ਲਾਗੇ ਲਾਗੇ ਏਜੰਡ ਭਾਈ ਦੀ ਟੀਮ ਵਧੀਆ ਬਣਦੀ। ਉਹਦੇ ਵਿੱਚ ਖੇਡ ਲਈਦਾ ਵਾ ਜਾਂ ਯਾਰੀ ਦੋਸਤੀ ਚ ਕਈ ਵਾਰੀ ਫੋਨ ਆ ਜਾਂਦਾ ਵਾ ਜਿੱਦਰੂ ਫੋਨ ਆ ਗਿਆ ਫਿਰ ਉਧਰ ਨੂੰ ਚੱਲ ਜਾਣਾ ਤੇ ਕਿਹੜੇ ਪਲੇਅਰ ਨਾਲ ਖੇਡਣਾ ਜ਼ਿਆਦਾ ਵਧੀਆ ਲੱਗਦਾ ਤੁਹਾਨੂੰ ਭਾਈ ਪਲੇਅਰ तकरीबन ਆਪਣੇ ਨਾਲ ਸਾਰੇ ਕੋਲੇ ਮਿਲੇ ਆ ਆਪਾਂ ਬਾਲਾ ਤੇ ਭਾਈ ਮੈਂ ਤਾਂ ਪਿੰਦਾ ਦਾ ਤਾਂ ਹੈਪੀ ਆਪਣਾ ਇਕੱਠੇ ਹੀ ਖੇਡਦੇ ਅਸੀਂ ਜਿੱਧਰੂ ਖੇਡਣਾ ਹੀ ਤਦਾਂ ਇਕੱਠਾ ਜਾਂਦੇ ਜਿੱਦਪਾ ਪਿੰਦਾ ਸੱਜਣ ਵਾਲੀ ਆ ਹੈਪੀ ਸਿੰਧੜ ਤੇ ਤੁਸੀਂ ਹਾਂਜੀ ਭਾਈ ਪਿਛਲੇ ਸਮੇਂ ਦੇ ਵਿੱਚ ਦੋ ਤਿੰਨ ਟੀਮਾਂ ਲਈ ਇਕੱਠੇ ਖੇਡੇ ਹੋ ਨਾ ਇਕੱਠੇ ਇਕੱਠੇ ਭਾਜੀ ਖੇਡਣਾ ਜਿੱਧਰੋਂ ਗਏ ਰੱਬ ਦੀ ਕਰਪਾ ਨਾਲ ਜਿੱਤਦੀ ਵੀ ਰਹੇ ਭਾਜੀ ਇਧਰ ਜਾਣਾ ਤੇ ਨਾ ਨਹੀਂ ਜਾਂਦੇ ਨਾ ਜੀ ਤੇ ਵਿਦੇਸ਼ ਦਾ ਵੀਜਾ ਲੱਗਿਆ ਕਿ ਨਹੀਂ ਚੰਗੀਆਂ ਚੰਗੀਆਂ ਟੀਮਾਂ ਲਈ ਖੇਡੇ ਹੋ ਤੁਸੀਂ ਵਿਦੇਸ਼ ਭਾਈ ਮੈਂ ਮਲੇਸ਼ੀਆ ਵੀ ਖੇੜਿਆ ਆ ਭਾਈ ਆਪਣੇ ਬਹਿਰੀਨ ਵੀ ਤੇ ਨਿਊਜ਼ੀਲੈਂਡ ਭਾਜੀ ਆਪਣੇ ਪਿੰਦੇ ਨੇ ਗੱਲ ਕਰਾਈ ਸੀਗੀ ਸੱਜਣਾਂ ਵਾਲੀ ਇਹਨੇ ਤੇ ਉਹਦੀ ਬਦੌਲਤ ਭਾਜੀ ਆਪਾਂ ਯਾਦ ਕਲੱਬ 'ਚ ਖੇੜਿਆ ਹਾਂ ਜੱਜ ਭਾਜੀ ਹੁਣ ਸੱਤੇ ਭਾਜੀ ਹੁਣ ਵਾਲੀ ਟੀਮ 'ਚ ਤਿੰਨ ਦੇਸ਼ਾਂ ਦੇ ਵਿੱਚ ਖੇਡੇ ਹੋ ਹਾਂ ਭਾਜੀ ਉੱਥੇ ਸਟੈਪ ਬਾਈ ਸਟੈਪ ਅੱਗੇ ਵੀ ਜਾਓਗੇ ਹਾਂ ਜੀ ਭਾਜੀ ਪਰਮਾਤਮਾ ਕਰੇ ਜੀ ਬਹਿਰੀਨ ਦੇ ਵਿੱਚ ਕਿਸ ਤਰ੍ਹਾਂ ਦਾ ਖੇਡੇ ਬਹਿਰੀਨ ਤੇ ਭਾਈ ਵਧੀਆ ਲੱਗਾ ਜੀ ਮੈਚ ਭਾਈ ਅਰਸ਼ ਭਾਜੀ ਹੋਣਾ ਨਾ ਮੇਰੇ ਸਿਗਾ ਮੱਖਣ ਮੱਕੀ ਹੋਣਾ ਨਾ ਮੈਚ ਪੂਰਾ ਵਧੀਆ ਹੋਇਆ ਜੀ ਭਾਜੀ ਆਹ ਦਾ ਪਰਦਾਚਨ ਵੀ ਪੂਰਾ ਵਧੀਆ ਹੋਇਆ ਬਹਿਰੀਨ ਤੋਂ ਬਾਅਦ ਬਹਿਰੀਨ ਤੋਂ ਬਾਅਦ ਭਾਈ ਨਿਊਜ਼ੀਲੈਂਡ ਨੇ ਕਿਹਾ ਨਿਊਜ਼ੀਲੈਂਡ ਦੇ ਵਿੱਚ ਕਿਸ ਤਰ੍ਹਾਂ ਦਾ ਖੇਡੇ ਨਿਊਜ਼ੀਲੈਂਡ ਭਾਜੀ ਇਹ ਵੀ ਕਹਿੰਦਾ ਤੇ ਬੜਾ ਤਕੜਾ ਵੀ ਨਹੀਂ ਕਿ ਇਹ ਕਹਿ ਸਕਦੇ ਆਪਾਂ ਕਿੱਡੇ ਯਾਨੀ 100 ਜੋ 70% ਭਈ ਆਪਾਂ ਦਾ ਤਕਰਾ ਖੇਡੇ ਮੇਲੇ ਜਿੱਤੇ ਬਹਿਰੀਨ ਦੇ ਕਿ ਨਹੀਂ ਹਾਂ ਜੀ ਭ ਮੇਰੇ ਬੰਦਾ ਹੀ ਪਹਿਲਾ ਜਿਆਦਾ ਵਾਲਾ ਮੇਲਾ ਸੀਗਾ ਭਾਜੀ ਅਸੀਂ ਮੇਰੇ ਤਾਂ 14 ਜੱਫੇ ਪਾਈਏ 15 ਖਾ ਕੇ ਮੂਰੇ ਰੀਡਰ ਸਾਡੀ ਜੀ ਉਹ ਮੇਜ ਹਾਰ ਗਏ ਜਿੱਦਾਂ ਹੈਪੀ ਭਾਜੀ ਉਦੋਂ ਉਤਰਿਆ ਸੀ ਅੱਜੋਂ ਤੇ ਇਹ 15 ਖਾ ਕੇ ਜਿਆਦਾ ਵਾਲਾ ਮੇਲਾ ਹਾਰ ਗਏ ਬਾਅਦ ਚੋਂ ਭਾਜੀ ਅਸੀਂ ਜਿੱਤ ਗਏ ਸੀਗੇ ਮੈਂਟਲ ਆ ਭਾਈ ਸੱਤੇ ਭਾਜੀ ਕੇ ਤੇ ਉਥੇ ਭਾਈ ਜਿੱਤ ਗਏ ਸੀਗੇ ਜਿੱਦਾਂ ਦੋ ਟੂਰਨਾਮੈਂਟ ਖੇਡੇ ਸੀ ਤੇ ਦੋਵਾਂ ਵਿੱਚੋਂ ਇੱਕ ਫਾਸਟ ਸੀਗੇ ਤੇ ਗਾਂਹ ਭਾਈ ਟੀਪੂਕੀ ਮੈਚ ਸੀਗੇ ਉਥੇ ਸੈਮੀ ਮੈਚ ਸੀਗਾ ਸਾਡਾ ਤੇ ਸੈਮੀ ਮੈਚ ਭਾਜੀ ਮੀਂਹ ਆ ਗਿਆ हां मी बहुत ਹੁੰਦਾ ਵਿਦੇਸ਼ ਦੇ ਵਿੱਚ हां ਭਾਈ हां ਨਿਊਜ਼ੀਲੈਂਡ ਦੇ ਵਿੱਚ ਪਿੱਛੇ ਜੇ ਵਰਲਡ ਕੱਪ ਹੋ ਰਿਹਾ ਸੀਗਾ ਉਸ ਦਿਨ ਹੀ ਭਾਈ ਫਿਰ ਉਸ ਦਿਨ ਫਿਰ ਉਹਨਾਂ ਨੇ ਅਗਲੇ ਹਫ਼ਤੇ ਕਰਵਾਇਆ ਉਹ ਹੀ ਭਾਈ 19 ਦਾ ਸੀਗਾ ਵਰਲਡ ਕੱਪ ਉਸ ਦਿਨ ਮੀ ਆ ਗਿਆ ਫਿਰ 26 ਨੂੰ ਕਰਾਇਆ ਉਹਨਾਂ ਨੇ ਹਾਂਜੀ ਹਾਂਜੀ 26 ਨੂੰ ਬਹੁਤ ਸੋਨੇ ਪਲੇਅਰ ਖੇਡੇ ਸੀਗੇ ਤੁਹਾਡੇ ਇਲਾਕੇ ਦਾ ਹਰਜੋਤ ਭੰਡਾਲ ਬਹੁਤ ਸੋਨਾ ਖੇਡਿਆ ਉੱਥੇ ਹਾਂਜੀ ਭਾਈ ਹਰਜੋਤ ਭਾਈ ਭਾਈ ਵਧੀਆ ਬੰਦਾ ਖੇਡੇ ਮੈਚ ਅਸੀਂ ਇਕੱਠੇ ਆਨੇ ਪਿੱਛੇ ਲੀਕ ਜਨ ਆਇਆ ਸੀਗਾ ਜੀ ਆ ਭਾਈ ਸਰਾਲੇ ਦੇ ਭਾਈ ਖੇਡੇ ਮੈਚ ਜੀ ਪੰਜ ਛੇ ਯਾਨੀ ਕਿ ਅਲੱਗ-ਅਲੱਗ ਟੀਮਾਂ ਨੂੰ ਖੇਡੀਆਂ ਨੇ ਹੋ ਹਾਂਜੀ ਉਹ ਹੀ ਖੇਡੀਆਂ ਨੇ ਕੀ ਕਰਨਾ ਭਾਈ ਜਿਆਦਾ ਥਰੀਓ ਚੱਲਦਾ ਵਾ ਹੁਣ ਭਾਈ ਸੱਟ ਲੱਗੀ ਆ ਹੁਣ ਬੈਠਾ ਹੀ ਆ ਘਰੇ ਹੁਣ ਨਹੀਂ ਕਿਸੇ ਦਾ ਫੋਨ ਆ ਗਿਆ ਇੱਕ ਮੈਂ ਗੱਲ ਹੋਰ ਕਹਿਣੀ ਚਾਹਨਾ ਤੁਸੀਂ ਬੈਲੈਂਸ ਤੇ ਖੇਡਦੇ ਹੋ ਮੈਂ ਬਾਹਲਾ ਤਕੜਾ ਵੀ ਨਹੀਂ ਕਹਿੰਦਾ ਬਧਾ ਚੜਾ ਕੇ ਦੱਸੀ ਜਾਮਾ ਹਾਂਜੀ ਭਾਜੀ ਤੇ ਬਾਹਲਾ ਮਾੜਾ ਵੀ ਨਹੀਂ ਵੈਸੇ ਮੇਲੇ ਬਹੁਤ ਖੇਡਦੇ ਹਾਂ ਮਾਲਵੇ ਦੇ ਵਿੱਚੋਂ ਕਈ ਟੀਮਾਂ ਦਾ ਫੋਨ ਆਇਆ ਤਾਂ ਉਹਨਾਂ ਨਾਲ ਖੇਡੇ ਜਾਂਦੇ ਹਾਂ ਇਧਰ ਮਾਝਾ ਨੇੜੇ ਹੋਣ ਕਰਕੇ ਦਰਿਆ ਟੱਪ ਕੇ ਇਧਰ ਖੇਡੇ ਜਾਂਦੇ ਹਾਂ ਤੇ ਦੁਆਬੇ 'ਚ ਵੀ ਖੇਡੇ ਜਾਂਦੇ ਹਾਂ ਹਾਂਜੀ ਭ ਜੇ ਮਹੀਨੇ ਜਮਾ ਦੇਵਾਂਗੇ ਤੇ ਮਹੀਨੇ ਰੱਖ ਲਈਆਂ ਇੱਕ ਹਫ਼ਤਾ ਉਹ ਵੀ ਖੇਡ ਜਾ ਹੀ ਦੇਗਾ ਜਦ ਬੋਡੀ ਚੱਲਦੀ ਮੈਰ ਪਿੰਦੇ ਨੇ ਭਾਈ ਬਹੁਤ ਮੈਰ ਖੇਡ ਅੱਖ ਦੇ ਥੱਕਦੇ ਨਹੀਂ ਨਾ ਭਾਈ ਅੱਖ ਨਾ ਧੱਕਣਾ ਕਰੋ ਜਦ ਸਰੀਰ ਚੱਲਦਾ ਭਾਜੀ ਹੁਣ ਖੇਡੀ ਜਾਂਦੇ ਆ ਜਿੱਦਣ ਦੇ ਹੁਣ ਘਰੇ ਬੈਠੇ ਹੁਣ ਹੁਣ ਭਾਈ ਕਿਹੜਾ ਕੋਈ ਫੋਨ ਲਾਉਂਦਾ ਇਹ ਦਸੂਰੀਆ ਕਬੱਡੀ ਦਾ ਤੇ ਆਪਾਂ ਭਾਈ ਨੰਬਰ ਲੈਨੇ ਆ ਤਾਂ ਆਪਣੇ ਸਾਰੇ ਨਾਲ ਹੀ ਆ ਤੇ ਨਵੰਬਰ ਤੋਂ ਪਹਿਲਾਂ ਪਹਿਲਾਂ ਕਿਹੜੇ ਕਿਹੜੇ ਟੀਮਾਂ ਲਈ ਖੇਡੇ ਜਿੰਮੇ ਗਰਮੀਆਂ ਦਾ ਸੀਜ਼ਨ ਤੋਂ ਬਾਅਦ ਜਿਹੜਾ ਕਿ ਥੋੜਾ ਠੰਡ ਦਾ ਸੀਜ਼ਨ ਸੀ ਨਿਊਜ਼ੀਲੈਂਡ ਦੇ ਖੇਡੇ ਨਿਊਜ਼ੀਲੈਂਡ ਜਨਵ ਜੀ ਤੇ ਜਿੱਥੇ ਨੂੰ ਕੁਦਰਤੀ ਸਾਡੀ ਆਪ ਦੀ ਟੀਮ ਦਾ ਹੁੰਦਾ ਹੀ ਮੈਚ ਤੂਥੇ ਭਾਈ ਨੂੰ ਕੁਦਰਤੀ ਟੀਮ ਚ ਖੇਡੀਦਾ ਹੈ ਉਥੇ ਨਿਊਜ਼ੀਲੈਂਡ ਦਾ ਨਹੀਂ ਤੇ ਕਾਫੀ ਮੈਚ ਮੈਂ ਤੁਹਾਡੇ ਸਰਚ ਪਰ ਕਰੇ ਹੈਗੇ ਮਾਝੇ ਦੇ ਵਿੱਚ ਤੁਸੀਂ ਜੰਗਿਆਣ ਦੀ ਟੀਮ ਲਈ ਵੀ ਖੇਡੇ ਹੋਗੇ ਹਾਂਜੀ ਭਾਈ ਜੰਗਿਆਣ ਦੀ ਟੀਮ ਨਾਲ ਚਾਰ ਪੰਜ ਮੈਚ ਖੇਡਿਆ ਭਾਜੀ ਬਹੁਤ ਵਧੀਆ ਪ੍ਰਦਰਸ਼ਨ ਰਿਹਾ ਭਾਜੀ ਜੱਫੇ ਬੜੇ ਸੋਨੇ ਹੁੰਦੇ ਸੀ ਉਦੋਂ ਹਾਂਜੀ ਭਾਈ ਜੱਗੂ ਹਣੀ ਬਾਈ ਹਣੀ ਨਾਲ ਹੁੰਦੇ ਕਲਵੀਰ ਹੋਣੇ ਤੇ ਟੀਮ ਵਧੀਆ ਹੁੰਦੀ ਪਾਜੀ ਰੱਬ ਲਈ ਭਾਜੀ ਚਲੋ ਵਧੀਆ ਪ੍ਰਦਰਸ਼ਨ ਹੋ ਗਿਆ ਕਿਹੜੇ ਕਿਹੜੇ ਮੈਚੇ ਖੇਡੇ ਆ ਜੀ ਮੇਲੇ ਭਾਜੀ ਉਹਨਾਂ ਵਿੱਚ ਜਿੱਦਣਾ ਭਾਜੀ ਟਰੈਕਟਰ ਸੀਗੇ ਹੋਰ ਉਹ ਮੈਨੂੰ ਪੈਂਡ ਦਾ ਨਹੀਂ ਭਾਈ ਯਾਦ ਉਸ ਦਿਨ ਕਿੱਢਿਆ ਭਾਜੀ ਉਸ ਦਿਨ ਭਾਜੀ ਲਾਰੀਆਂ ساری ਟੀਮ ਬਿਲਕੁਲ ਟੀਮਾਂ ਦੇ ਹਿਸਾਬ ਨਾਲ ਭਾਈ ਸਾਡੀ 30 30% ਤੱਕੜੀ ਟੀਮ ਸੀ ਜੀ ਤੇ ਭਾਜੀ ਅਸੀਂ ਸਾਰੇ ਖਰਾਤੇ ਉੱਤੇ ਫਾਈਨਲ ਮੈਚ ਅੰਬੀ ਹੋਣਾ ਮੈਂ ਸੈੱਟ ਕਰ ਰਹੇ ਹਾਂ ਜੱਫੇ ਜਦੋਂ ਇੱਕ ਇੱਕ ਸੀ ਜੱਫੀਆਂ ਦਾ ਹਾਂਜੀ ਭਾਈ ਸੱਤਾਂ ਜੱਫੀਆਂ ਸਾਡਾ ਇੱਕ ਇੱਕ ਜੱਫਾ ਸੀਗਾ ਟਰੈਕਟਰ ਤੇ ਤੇ ਭਾਜੀ ਮੇਰਾ ਉਸ ਦਿਨ ਜੱਫਾ ਇੱਕ ਹੋਲਡ ਸੀਗਾ ਨੰਬਰ ਤਾਂ ਭਾਜੀ ਉਹ ਮੇਰਾ ਹੀ ਸੀਗਾ ਪਲਾਪਾ ਹੁਣ ਵੀਡੀਓ ਪਾ ਪਾ ਲਈਏ ਜਦੋਂ ਮਰਜੀ ਪਾ ਲਈਏ ਉਹ ਮੇਰੇ ਜਨਾਂ ਦਾਹਾ ਚੋਂ ਭਾਜੀ ਸੱਤ ਗਾਰੀ ਦੇਖੀ ਆ ਆਪਣਾ ਨੰਬਰ ਲੱਗਦਾ ਤਿੰਨ ਕਵਾਰੀ ਡਾਟ ਹੋਊਗਾ ਕਿਤੇ ਰੀਡਰ ਦਾ ਤਨੇਗਾ ਜੀ ਉੱਤੇ ਭਾਜੀ ਮੇਰਾ ਟਰੈਕਟਰ ਉਧਰ ਦੇ ਤਾ ਕਮੇਟੀ ਨੂੰ ਭਾਜੀ ਡਿਸੀਜਨ ਲੈਣਾ ਚਾਹੀਦਾ ਸੀਗਾ ਚਲੋ ਸ਼ੋਅ ਨਹੀਂ ਹੁੰਦਾ ਹਨਾ ਤੇ ਤੁਸੀਂ ਸਵੀਰ ਨੂੰ ਕਾ ਉਹਦਾ ਫੈਸਲਾ ਕਰ ਲੋ ਹੁਣ ਕਮਾਲਪੁਰ ਵਾਲਿਆਂ ਨੇ ਇਹ ਕੀਤਾ ਹੀ ਆ ਭਾਜੀ ਹੁਣ ਦਿਲੋਂ ਗੱਲ ਕਹਿ ਰਹੇ ਹਾਂ ਕਿ ਭਾਜੀ ਦਿਲੋਂ ਕਹਿ ਰਿਹਾ ਮੈਂ ਭਾਜੀ ਡਾਕਟਰ ਵੀ ਆ ਮੈਂ ਤਾਂ ਨਹੀਂ ਕਹਿ ਰਹੇ ਕਿ ਨਬੀ ਬੁਲਾ ਰਿਹਾ ਤੁਹਾਡੇ ਦਿਲ ਦੀ ਗੱਲ ਨਾ ਨਹੀਂ ਭਾਈ ਦਿਲ ਦੀ ਗੱਲ ਆ ਜਿਹੜੀ ਗੱਲ ਆ ਭਾ ਹੁਣ ਮੈਨੂੰ ਉੱਥੇ ਬਾ ਲੈ ਲੈਂਦੇ ਭਾਜੀ ਕੋਈ ਚੱਕਰ ਨਹੀਂ ਸੀ ਹਨਾ ਤੇ ਆਪਣਾ ਸਵੀਰ ਨੂੰ ਫੈਸਲਾ ਕਰ ਲੈਂਦੇ ਉਹ ਕਮੇਟੀ ਵਾਲੇ ਜਾਨੀ ਕਿ ਸੱਤਾਂ ਦਾ ਇੱਕ ਇੱਕ ਜੱਫਾ ਸੀਗਾ ਤੁਹਾਡਾ ਇੱਕ ਹੋਲਡ ਸੀਗਾ ਇੱਕ ਮੇਰਾ ਹੋਲਡ ਇੱਕ ਮੇਰਾ ਜੱਫਾ ਆ ਉਹ ਵੀ ਭਾਈ ਤਕਰੀਬਨ ਜੱਫਾ ਹੀ ਲੱਗਦਾ ਸੀਗਾ ਮੇਰਾ ਜਫਾਈ ਆ ਹੋਰ ਇਸ ਤਰ੍ਹਾਂ ਦਾ ਤਕੜਾ ਟੂਰਨਾਮੈਂਟ ਖੇਡਿਆ ਹੋਇਆ ਹੋਰ ਭਾਈ ਸੰਤੂ ਨੰਗਲ ਦਾ ਟੂਰਨਾਮੈਂਟ ਉਹਨਾਂ ਜੰਗਿਆਣੀ ਚ ਬਹੁਤ ਤਕੜਾ ਖੇਡਿਆ ਭਾਈ ਪਹਿਲਾਂ ਮੈਂ ਡੀਏ ਵੀ ਨਾ ਸੀ ਭਾਜੀ ਪਹਿਲੋਂ ਦੀ ਮੈਂ ਘੇਰੀ ਚ ਨਹੀਂ ਲੱਗਾ ਜਦੋਂ ਭਾਈ ਨਵੇਂ ਬੰਦਾ ਇਹਨੂੰ ਹੁੰਦਾ ਹੀ ਆ ਚਲੋ ਘੇਰੀ ਚ ਹਜੇ ਇਹ ਘਟ ਜਦਾਂ ਤੇ ਬਾਅਦ ਚ ਭਾਈ ਦੀ ਵੀਰ ਬਾਕੀਆਂ ਸਾਰਿਆਂ ਦਾ ਇੱਕ ਇੱਕ ਦੋ ਦੋ ਜੀ ਮੈਚ ਹੀ ਵਾਜੀ ਕੱਢ ਗਿਆਂ ਉੱਥੇ ਜੱਗੂ ਚੰਦਰ ਭਾਈ ਤੇ ਨਾ ਮੋਟਰਸਾਈਕਲ ਤੇ ਉਦੋਂ ਉਸ ਮੈਚ ਦੀ ਗੱਲ ਗਾਤ ਕਰ ਰਹੇ ਹਾਂ ਯਾਨੀ ਕਿ ਪਹਿਲੇ ਮੈਚ ਦੇ ਵਿੱਚ ਪੰਜ ਜੱਫੇ ਸੀਗੇ ਹਾਂ ਜੀ ਤਾਂ ਦੂਜੇ 'ਚ ਵੀ ਭਾਈ ਚਾਰ ਪੰਜ ਜੱਫੇ ਹੀ ਮੇਰੇ ਤੇ ਫਾਈਨਲ ਦੇ ਵਿੱਚ ਫਾਈਨਲ 'ਚ ਭਾਈ ਚਾਰ ਪੰਜ ਫੇ ਜੱਫੇ ਹੀ ਹੋ ਗਏ ਮੇਰੇ ਜਿਵੇਂ ਜੱਗੂ ਭਾਜੀ ਬਹੁਤ ਤਕੜਾ ਖੇਡੇ ਉੱਥੇ ਹਾਂ ਭਾਈ ਤਾਂ ਹਲਕਾ ਹੀ ਮਚਾ ਦਿੱਤਾ ਬਹੁਤ ਆਕੜਾ ਜਿੰਦਾ ਭਾਜੀ ਪਹਿਲਾ ਮੈਚ ਜਦੋਂ ਕਹਿਦਿਆਂ ਦੂਰ ਦੀ ਬਾਟ ਵੀ ਅਸਰੀਨੋਂ ਚੱਲਿਆ ਹੋਊਗਾ ਬੰਦੇ ਨੂੰ ਹੋਈ ਜਾਂਦਾ ਉਦੋਂ ਹੀ ਆਏ ਸੀਗੇ ਤਾਂਹੀਂ ਪਹਿਲਾਂ ਤੇ ਤੁਸੀਂ ਨਾ ਉਹਨਾਂ ਫਾਈਨਲ 'ਚ ਤਕੜਾ ਖੇਡ ਸਕਦੇ ਜਿਵੇਂ ਪਹਿਲੇ ਮੈਚਾਂ 'ਚ ਖੇਡੇ ਹੋ। ਨਹੀਂ ਫਾਈਨਲ 'ਚ ਭਾਈ ਪੂਰਾ ਤਕੜਾ ਖੇਡਿਆ ਵਾ। ਭਾਈ ਤਾਂ ਨੂੰ ਪਤਾ ਥੋੜਾ ਜਿਹਾ ਫਿਰ ਹੋ ਹੀ ਜਾਂਦਾ ਵਾ। ਨਵੀਂ ਟੀਮ ਦਾ ਝਾਕਾ ਵੀ ਹੁੰਦਾ ਕੋਈ। ਜਦਾਂ ਇਹ ਪੁਰਾਣੇ ਪਲੇਅਰ ਖੇਡਦੇ ਹੁੰਦੇ ਥੋੜਾ ਝਾਕਾ ਵੀ ਹੁੰਦਾ ਵਾ। ਚਲੋ ਚਲੋ ਆਪਣੇ ਜੱਫੇ ਤਾਂ ਭਾਈ ਉਹਦੇ ਵਿੱਚ ਵੀ ਪੈ ਗਏ 4-5 ਤੇ ਜੱਗੂ ਦੇ ਭਾਈ 14-16 ਜੱਫੇ ਸੀਗੇ। ਮੇਰੇ ਮੇਰੇ ਰਦ ਨਾਲ 8 ਕ ਟੱਚ 4-5 ਜੱਫੇ ਸੀਗੇ। ਬੜਾ ਮੇਲਾ ਤਕੜਾ ਹੋਇਆ। ਬੜੇ ਮੋਟਰਸਾਈਕਲ ਲੱਗੇ। ਮੋਟਰਸਾਈਕਲ ਭਾਈ ਬਹੁਤ ਲੱਗੇ। ਜੋ ਤੱਕ ਮੋਟਰਸਾਈਕਲ ਲੱਗੇ ਮੈਨੂੰ ਮੈਂ ਕਹਿ ਸਕਦਾ ਸ਼ੀਰਾ 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 ਮੀਰਾ ਕੋਟੜਾ ਉੱਤੇ ਮੋਟਰਸਾਈਕਲ ਲੱਗੇ ਸੀਗੇ ਕਿਸੇ ਨੇ ਜੱਫਾ ਨਹੀਂ ਲਾਇਆ ਉਹ ਮੋਟਰਸਾਈਕਲ ਜਿੱਤ ਗਿਆ ਫਿਰ ਉਸ ਤੋਂ ਬਾਅਦ ਮੋਟਰਸਾਈਕਲ ਨਹੀਂ ਲੱਗੇ ਸੀ ਤੁਸੀਂ ਜੱਫਾ ਲਾ ਗਏ ਜਦੋਂ ਭਾਈ 5 ਕਬੱਡੀਆਂ ਸੀਗੀਆਂ 5 ਕਬੱਡੀਆਂ ਇਹ ਲੱਗ ਗਿਆ ਭਾਈ ਤੇ 6ਵੀਂ ਵਾਰੀ ਮੈਂ ਕਿਹਾ ਭਾਈ ਮੈਨੂੰ ਲੱਗਦਾ ਕੋਈ ਨਾ ਮੈਂ ਸ਼ੀਰਾ ਭਾਈ 6ਵੀਂ ਕਬੱਡੀ ਫੜ ਲਿਆ ਫਿਰ 7ਵੀਂ 8ਵੀਂ ਫੇਰ ਫੜ ਲਿਆ ਭਾਈ ਉਦੋਂ ਮੋਟਰਸਾਈਕਲ ਨਹੀਂ ਉਦੋਂ ਮੋਟਰਸਾਈਕਲ ਲੱਗਾ ਕੈਸ ਵਧੀ ਲਾ ਲਈਏ ਕਿਸਮਤ ਠੰਡੀ ਆ ਕਿਤੇ ਨਾ ਕਿਤੇ ਹਾਂਜੀ ਭਾਈ ਹੁਣ ਇੱਥੇ ਕਿਸਮਤ ਠੰਡੀ ਦੀ ਗੱਲ ਹੀ ਆ ਹਾਂਜੀ ਕੀ ਪਤਾ ਮਘੇਰੀ ਚ ਲੱਗ ਗਿਆ ਨਾ ਮੈਂ ਕਿਹਾ ਵੀ ਸਿਗਾ ਮੈਂ ਕਿਹਾ ਮੈਂ ਲੱਗਦਾ ਕੋਈ ਨਾ ਹੁੰਦਾ ਹੀ ਆ ਭਾਈ ਖਰੀਰ ਪਲੇਅਰ ਨੂੰ ਅਸੀਂ ਲਾ ਲਈਏ ਮੋਟਰਸਾਈਕਲ ਲੱਗਾ ਮਰੇ ਜੀ ਹਾਂਜੀ ਕਈ ਵਾਰੀ ਹੁੰਦਾਗਾ ਤੇ ਬਾਕੀ ਹੌਸਲਾ ਨਾ ਹਾਰੋ ਮੇਰੀ ਜਿਵੇਂ ਤੁਸੀਂ ਦੱਸ ਰਹੇ ਹੋ ਨਾ ਕਿਸਮਤ ਠੰਡੀ ਆ ਅੱਜ ਤੋਂ 4-5 ਸਾਲ ਪਹਿਲਾਂ ਵਾਹਿਗੁਰੂ ਸੀਚੇ ਵਾਲ ਨਾਲ ਗੱਲਬਾਤ ਹੋਈ ਸੀ ਵਾਹਿਗੁਰੂ ਵੀ ਕਹਿ ਰਿਹਾ ਸੀ ਨਵੀ ਵੀਰ ਤੇ ਨਵੀ ਭਾਜੀ ਕਿਸਮਤ ਠੰਡੀ ਹੈਗੀ ਗੱਲਬਾਤ ਨਹੀਂ ਬਣਦੀ ਵਿਦੇਸ਼ ਖੇਡਣ ਦੀ ਅੱਜ ਜੋ ਟੌਪ ਦੇ ਖੇਡ ਰਿਹਾ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਖੇਡਿਆਗਾ ਹੌਸਲਾ ਨਾ ਹਾਰੋ ਹੌਸਲਾ ਜੱਜ ਵੀ ਨਾ ਖੇਡੋ ਨਾ ਨਹੀਂ ਨਹੀਂ ਭਾਜੀ ਹੌਸਲਾ ਹੀ ਆ ਭਾਜੀ ਹੁਣ ਪਿਛਲਾ ਟੂਰ ਪਿਛਲਾ ਸੀਜ਼ਨ ਭਾਈ ਬੜਾ ਤਕੜਾ ਕਿੱਡੇ ਆ ਉੱਥੇ ਭਾਈ ਥੋੜਾ ਬੰਦੇ ਨੂੰ ਹੋ ਜਾਂਦਾ ਵਾ ਕਹਣਾ ਯਾਰ ਚਲੋ ਤਕੜਾ ਕਿੱਡੇ ਚਲੋ ਮਾਰਾ ਹੋਰ ਤਕੜਾ ਖਲਾਉ ਹਨਾ ਉਦੋਂ ਗਾਂ ਵੀ ਹੌਸਲਾਗਾ ਤੋਂ ਭਾਜੀ ਹੁਣ ਹੌਸਲਾ ਹੀ ਆ ਹੁਣ ਬਾਹਰ ਦਾ ਨਹੀਂ ਲੱਗਾ ਭਾਈ ਚਲੋ ਇੱਥੇ ਵੀ ਖਿੱਡੀ ਜਾਂਦੇ ਵਧੀਆ ਖਿੱਡੀ ਗਏ ਜੀ ਪਿਛਲੇ ਟੂਰਨਾਮੈਂਟ ਭਾਈ ਬਹੁਤ ਵਧੀਆ ਬਹੁਤ ਆਵਾਜ਼ ਬਾਬੇ ਦੀ ਘਰ ਪਰੋਂ ਬੈਟਰ ਹੈ ਕੈਨੇਡਾ ਬਈ ਅਗਲਾ ਐਂਡ ਹੋਈ ਸੀਗੀ ਮੇਰੀ ਗੱਲ ਮੇਰੇ ਭਾਈ ਇਹਦਾ ਜਿਉਰਪ ਗੱਲ ਕੀਤੀ ਹੋਈ ਸੀ ਪਹਿਲਾਂ ਫੇ ਮੰਨੇ ਭਾਈ ਹੁਣ ਕਹਿੰਦੇ ਉਧਰ ਖਿਡੋ ਉਲਕੇ ਉਧਰ ਵਾਲੇ ਕਦੇ ਆਪਣੀ ਗੱਲ ਕੀਤੀ ਹੈ ਜੀ ਫੇ ਉਧਰ ਰਿਫਿਊਜ਼ ਆ ਗਿਆ ਉਧਰ ਬਈ ਰਿਫਿਊਜ਼ ਆ ਗਿਆ ਸਿਆ ਪਲੇਰਾਂ ਲੱਗ ਗਿਆ ਜੀ ਸੱਤ ਮਿੰਟਾਂ ਮੇਰਾ ਭਾਈ ਰਿਫਿਊਜ਼ ਆ ਗਿਆ ਫੇ ਨਾ ਭਾਈ ਆਪਣਾ ਆਰਚਰ ਲੋਗੜਾ ਵਾਲੇ ਦਾ ਐਂਡ ਤੇ ਆਇਆ ਲਾਸਟ ਟੂਰਨਾਮੈਂਟ ਮੇਰੇ ਹਾਂ ਜੀ ਉਹਦਾ ਵੀ ਭਾਈ ਲਾਸਟ ਟੂਰਨਾਮੈਂਟ ਤੇ ਆਇਆ ਅਸੀਂ ਦੋਵੇਂ ਫਸੇ ਰਹੇ ਬਈ ਦੋਵਾਂ ਦਾ ਨਹੀਂ ਲੱਗਾ ਅਰ ਸ਼ ਲੋ ਕਰਨੇ ਸਤੂ ਜੀ ਫਿਰ ਤਹਿਲਕਾ ਹੀ ਜਾਂਦਾ ਸੀ ਗਰਮੀਆਂ ਦੇ ਵਿੱਚ ਇਸ ਵਾਰ ਬੜੀ ਬਹੁ ਮਿਲ ਜਿੱਤੇ ਭਾਜੀ ਉਹਨਾਂ ਨੇ ਕਈ ਤਰਾਜ ਦੀਆਂ ਬਣਾ ਲੈਣੀ ਕਈ ਲੋਗੜ ਦੀ ਬਣਾ ਲੈਣੀ ਆਪਣੇ ਇਹ ਚਾਰ ਪੰਜ ਪਲੇਅਰ ਸੀ ਜਿਹੜਾ ਟੌਪ ਤੇ ਖੇਡਿਆ ਗਰਮੀਆਂ ਦੇ ਵਿੱਚ ਬੱਲੇ ਬੱਲੇ ਕਰਾਈ ਇਹਨਾਂ ਨੇ ਹਾਂ ਭਾਈ ਨਾ ਰੀਡਰ ਇਹ ਸਿਮਾ ਸਰਾਜ ਵਾਲਾ ਹੁੰਦਾ ਸੀ ਤੇ ਜਾਫੀ ਭਾਜੀ ਇਹਨਾਂ ਦਾ ਅਮਰਤ ਪਾਣੀ ਜਿਹੜਾ ਹੋਂਡਾ ਅਮਰਤ ਨਾਥਿਆਣਾ ਨਾਥਿਆਣਾ ਉਹ ਬਹੁਤ ਅਕੜਾ ਖੇਡਿਆ ਭਾਜੀ ਉਹ ਦੂਜਾ ਭਾਜੀ ਇਹਦੇ ਨਾਲ ਹੈਰੀਦਾਰਾਪੁਰਿਆ ਹੁੰਦਾ ਸੀ ਇਹਨਾਂ ਨੇ ਮਾਰਵੇ ਤਾਂ ਭਾਈ ਮੇਰੇ ਦਿਨ ਹਰੇ ਨਹੀਂ ਹੋਣੇ ਤੇ ਗੋਗੀ ਸਿਲਵਰਾ ਗੋਗੀ ਸਿਲਵਰਾ ਭਾਈ ਪੰਜੇ ਸ਼ੇਪਲੇਰ ਬਹੁਤ ਤਕੜਾ ਖੇਡੇ ਹਾਂ ਭਾਈ ਗੋਗੀ ਸਿਲਵਰਾ ਬਹੁਤ ਤਕੜਾ ਖਿਡੇਆ ਗੋਗੀ ਕਿੱਡਾ ਭਾਈ ਮੈਚ ਜੰਗੀ ਜਾਣੇ ਚਾਹੀ ਜੀ ਕਿੰਨੇ ਖਿਡੇ ਉਸੇ ਸਿਲਵਰੇ ਵਾਲਾ ਉਹਦੋਂ ਵੀ ਭਾਈ ਗੋਗੀ ਨੂੰ ਐਂਡ ਤੇ ਮੰਨ ਲਾ ਉਹ ਭਾਈ ਜਿਹੜਾ ਜਾਫੀ ਨੂੰ ਦਿੱਤਾ ਉਹਨਾਂ ਦਾ ਟਰੈਕਟਰ ਗੋਗੀ ਨੇ ਭਾਈ ਉਹਨੂੰ ਦੇਖ ਲਾ ਕੈਸਮਾ ਹੋ ਸੀਗੀ ਉਹਨੂੰ ਘੜੀਸਕੇ ਵੀ ਲੈ ਜਾਂਦਾ ਭਾਈ ਤੀਆਂ ਸਗਣਾ ਭਾਈ ਹੱਥ ਲਾ ਗਿਆ ਫੇਰ ਵੀ ਗੋਗੀ ਬਹੁਤ ਤਕੜਾ ਖਿਡੇਆ ਉਹਦੋਂ ਉਹ ਤਾਂ ਹੈਪੀ ਸਿੰਧੜ ਭਾਈ ਹਾਂ ਹੈਪੀ ਸਿੰਧੜ ਲੋਕ ਕੀ ਕਹਿ ਰਹੇ ਸੀ ਕਿ ਬੈਸਟ ਹੋਣਗੇ ਇਨਾਂ ਦੀ ਬਹੁਤ ਰੇਸ ਲੱਗੀ ਹੋਈ ਸੀਗੀ ਵਸਟਾਉਣ ਦੇ ਲਈ ਭਾਜੀ ਉਹਨੂੰ ਯਕੀਨ ਹੀ ਨਹੀਂ ਸੀ ਉਹਨੂੰ ਇਹ ਨਹੀਂ ਪਤਾ ਸੀ ਮੈਂ 15 ਕਬੱਡੀਆਂ ਪਾ ਗਿਆਂ 15 15 ਮੋੜ ਗਿਆਂ ਅੰਬੇ ਦੀਆਂ ਸੀਗੀਆਂ 19 ਜਾਂ 18 ਜੀ ਉਹਨੂੰ ਪਤਾ ਹੀ ਨਹੀਂ ਸੀ ਕਿਹਨਾਂ ਜੇ ਮੈਨੂੰ ਪਤਾ ਹੁੰਦਾ ਕਿਹਨਾਂ ਮੈਂ ਦੋ ਹੋਰ ਵਧਾ ਦੇਣੀ ਸੀ ਚੱਕਰਾ ਫਰਕ ਵਿਆ ਜੀ ਉਹ ਤਾਂ ਬੜੀ ਰੇਸ ਲੱਗੀ ਸੀਗੀ 7 ਜਾਫਿਆਂ ਦੇ ਇੱਕ ਇੱਕ ਜਾਫਾ ਹੋਰ ਕੀ ਭਾਜੀ ਉਹ ਭਾਈ ਰਣ ਕਹਦਾ ਰਹਿੰਦਾ ਥੋੜਾ ਬੰਦੇ ਦੇ ਚਲੋ ਆਪਾਂ ਤਾਂ ਉਥੇ ਕਮੇਟੀ ਵਾਲਿਆਂ ਦਾ ਵੀ ਕਸੂਰ ਕੱਢਾਂਗੇ ਤੇ ਦੂਜਿਆਂ ਦਾ ਵੀ ਕੱਢਾਂਗੇ ਰੈਫਰੀਆਂ ਦਾ ਵੀ हां ਦੂਜੇ ਦਿਨ ਬਿਠਾਉਂਦੇ ਇਹ ਡਿਸੀਜਨ ਸਾਡੇ ਰੈਫਰੀ ਲੈਣ ਦੇ ਇਧਰੋਂ ਨਹੀਂ ਤੁਸੀਂ ਅੱਜ ਕਹਿ ਰਹੇ ਹੋ ਉਦੋਂ ਕਿਉਂ ਨਹੀਂ ਕਿਹਾਗਾ ਭਾਜੀ ਉਦੋਂ ਡੇਢ ਘੰਟਾ ਭਾਈ ਜਦੋਂ ਗੁਰਪ੍ਰੀਤ ਜੰਗੀਆ ਨੇ ਭਾਈ ਨੇ ਬੋਹ ਗਿਆ ਜੱਗੇ ਭਾਈ ਨੇ ਚੰਡੀਆਂ ਵਾਲੇ ਨੇ ਬੋਹ ਗਿਆ ਉਹ ਰੈਫਰੀ ਭਾਜੀ ਕਮੇਟੀ ਸਾਡੇ ਵਾਲ ਨੂੰ ਵੀ ਆਉਂਦੀ ਸੀਗੀ ਤੁਹਾਡਾ ਨੰਬਰ ਵਾ ਜੇ ਆਪਾਂ ਦੇਖ ਲਈ ਰੈਫਰੀ ਭਾਈ 51 ਭਾਜਾ ਬੋਲਦੇ ਸੀ ਰੀਡਰ ਦਾ ਨੰਬਰ ਹੀ ਜੀ ਕਿਤਨਾ ਕਿਤੇ ਬੈਠ ਕੇ ਫੈਸਲਾ ਕਰਿਆ ਹੁੰਦਾ ਤੁਸੀਂ ਅੱਜ ਨਾ ਬੋਲਦੇ ਹਾਂ ਭਾਜੀ ਉੱਥੇ ਬਹਿ ਕੇ ਦੂਜੇ ਦਿਨ ਫੈਸਲਾ ਕਰਦੇ ਆਪਾਂ ਬੋਲਣਾ ਨਹੀਂ ਤੇ ਫਿਰ ਮਾਂ ਖੇਡ ਕਬੱਡੀ ਚ ਜਿੱਤਿਆ ਕਿ ਕੋਈ ਅਜ ਮੈਂ ਭਾਈ 4 ਕ ਮੋਟਰਸਾਈਕਲ ਜਿੱਤ ਗਿਆ ਭਾਈ 4 ਮੋਟਰਸਾਈਕਲ ਜਿੱਤ ਗਿਆ ਇੱਕ ਆਪਾਂ ਨੂੰ ਸਨਮਾਨ ਹੋਇਆ ਭਾਜੀ ਬੋਲਡ ਤੇ ਇੱਕ ਗਾਹ ਜਿੱਤੀ ਭਾਜੀ ਤੇ ਐਲਈਡੀਆਂ 8 ਕ ਜਿੱਤੀਆਂ ਭਾਜੀ ਮੁੰਡੀਆਂ ਸੋਨੇ ਦੀਆਂ ਜਿੱਤੀਆਂ 3-4 ਤੇ ਨਕਦ ਦੇ ਰਾਚੀ ਨਾਲ ਭਾਜੀ ਬਹੁਤ ਆਉਂਦੇ ਬੈਠਣੇ ਲੱਗ ਗਏ ਕਿੰਨੇ ਕ ਵਾਰ ਗਿਣਤੀ ਭਾਜੀ ਗਿਣਤੀ ਨਹੀਂ ਭਾਈ ਉਹਦੀ ਗਿਣਤੀ ਨਹੀਂ ਭਾਈ ਤੇ ਜੱਫਾ ਲਾਉਣ ਤੋਂ ਬਾਅਦ ਐਕਸ਼ਨ ਕਰਦੇ ਹੋ ਕਿ ਨਹੀਂ ਤੁਸੀਂ ਨਾ ਭਾਜੀ ਐਕਸ਼ਨ ਕਰਿਆ ਕਰੋ ਥੋੜਾ ਕਨਾ ਐਕਚੁਅਲ ਭਾਈ ਕਰਨ ਲਈ ਦਹਿਲੀ ਨਹੀਂ ਕਰਦਾ ਕਦੀ हां भाई जे कोई उंगली मुरे खड़ी किया रे किते ही पड़ के करती करती नीचे नहीं तकरीबन नहीं वो जी ਤੁਸੀਂ 70 75 ਖੇਡਦੇ ਸੀ ਤੁਹਾਡੇ ਨਾਲ ਦੀਪ ਦਵਰਜੀ ਵੀ ਖੇਡਦਾ ਸੀ ਉਹ ਐਕਸ਼ਨ ਕਰ ਸਕਦਾ ਤੇ ਤੁਹਾਡੇ ਨਾਲ ਦਾ ਖਿਡਾਰੀ ਤੁਸੀਂ ਕਿਉਂ ਨਹੀਂ ਕਰਦੇ ਭਾਈ ਹੁੰਦਾ ਹੀ ਨਹੀਂ ਦੈਲੀ ਨਹੀਂ ਕਰਦਾ ਪਤਾ ਨਹੀਂ ਭਾਈ ਪਲੇਅਰਾਂ ਨਾਲ ਵੀ ਆਪਣੀ ਕਾਫੀ ਬਣੀ ਹੋਈ ਆ ਬਸੇ ਸ਼ੋ ਵੀ ਹੁੰਦਾ ਨਾ ਬੰਦਾ ਭਾਈ ਐਕਸ਼ਨ ਵਾਲੇ ਆ ਹੁਣ ਹਣੀ ਪੜਤ ਲਾ ਲੀਆ ਪਾਓ ਭਾਈ ਗੱਡੀ ਵਾਲੀ ਸ਼ੋ ਹੋਇਆ ਐਕਸ਼ਨ ਨਾਲ ਹੀ ਭਾਈ ਹੋ ਗਿਆ ਆਹ ਗੇਮ ਵੀ ਪੂਰੀ ਤਗੜੀ ਸੀਗੀ ਦਲੇਰੀ ਬਹੁਤ ਸੀ ਕਬੱਡੀਆਂ ਥੋੜੀਆਂ ਪਾਉਂਦਾ ਸੀ ਕਿਤੇ ਗਰਮੀ ਉਹਨੇ ਕਿੰਡੀਆਂ ਤਗੜੀਆਂ ਪੰਜਾਂ ਪਈਆਂ ਬਈ ਜੀ ਹੁਣ ਭਾਜੀ ਆਪਰੇਸ਼ਨ ਹੋਇਆ ਉਹਦਾ ਬੈਠਾ ਘਰੇ ਤੇ ਤੁਸੀਂ ਵੀ ਬੈਠਿਓ ਘਰੇ ਅੱਜਕੱਲ ਹਾਂ ਭਾਈ ਮੇਰੇ ਵੀ ਸੱਟ ਲੱਗੀ ਹੋਈ ਭਾਈ ਕਿਵੇਂ ਸੱਟ ਲੱਗੀ ਸੀ ਕਿੱਥੇ ਲੱਗੀ ਸੀ ਮੇਰੇ ਭਾਜੀ ਸਹਗਰਾਮਾਂ 'ਵਾਂ ਲੱਗੀ ਸੀਗੀ ਸੱਟ ਟੂਰਨਾਮੈਂਟ ਫਾਈਨਲਸ ਹੈਗਾ ਕੋੜੇ ਬੈਟਾਂ ਨੂੰ ਸੀਗੀ ਉੱਥੇ ਭਾਜੀ ਤੇ ਮੈਂ ਭਾਜੀ ਇਦਾਂ ਟੂਰਨਾਮੈਂਟ ਹੇ ਤਿੰਨ ਤਿੰਨ ਕਬੜੀਆਂ ਪਈਆਂ ਹੋਣਗੀਆਂ ਤੇ ਭਾਈ ਭਾਜੀ ਮੇਰੇ ਆਹ ਕੁਲੇ ਦਾ ਸਾਰੇ ਮਸਲ ਪਾੜ ਗਿਆ ਨਾਲ ਭਾਈ ਯਰਕ ਲੱਗੀ ਤੇ ਭਾਈ ਮੈਂ ਬਹਿ ਗਿਆ ਸੀਗਾ ਉਦੋਂ ਦਾ ਭਾਈ ਹੁਣ 2 ਮਹੀਨੇ ਹੋ ਗਏ ਚੱਲੇ ਭਾਈ ਬੈਠੇ ਨੇ ਕਿੰਨਾ ਸਮਾਂ ਹੋਰ ਬੈਠੋਗੇ ਫਿਰ ਕਦੋਂ ਖੇਡੋਗੇ ਮੈਨੂੰ ਭਾਈ ਡਾਕਟਰ ਸੇ ਕਹਿੰਦਾ ਆ ਮਹੀਨਾ ਕਰੋਕ ਜਾ ਯਾਨੀ ਤਿੰਨ ਕਿ ਮਹੀਨੇ ਪਹਿਲਾਂ ਵੀ ਚੱਲੇ ਦੋ ਮਹੀਨੇ ਤੋਂ ਹੋ ਚੱਲੇ ਭਈ ਆ 9 ਤਰੀਕ ਨੂੰ ਦੋ ਮਹੀਨੇ ਹੋ ਗਏ ਯਾਨੀ ਸਰਦੀਆਂ ਦਾ ਸੀਜ਼ਨ ਸੀਗਾ ਹਾਂਜੀ ਭਾਈ ਸੀਜ਼ਨ ਸੀਜ਼ਨ ਦੇ ਵਿੱਚ ਹੀ ਬੰਦਾ ਖੇਡਦਾ ਤੇ ਸੀਜ਼ਨ ਦੇ ਵਿੱਚ ਪ੍ਰੋਮੋਟਰ ਦੇ ਨਾਲ ਗੱਲਾਂ ਹੁੰਦੀਆਂ ਭਾਈ ਚਲੋ ਛੱਟ ਭਾਈ ਗਲਤ ਟਾਈਮ ਤੇ ਲੱਗ ਗਈ ਭਾਈ ਚਲੋ ਥੋੜੀ ਆ ਕੱਪ ਦੇ ਸਾਰੇ ਖੇੜੀ ਜਾਣੇ ਹੁਣ ਬਾਗੜੀਆਂ ਚੈਂਪੀਅਨਸ਼ਿਪ ਦੇ ਪੋਸਟਰ ਤੇ ਤੁਹਾਡੀ ਪਿਛਲੇ ਸਾਲ ਫੋਟੋ ਸੀ ਮੈਨੂੰ ਲੱਗ ਦੋ ਦੋ ਵੀ ਨਹੀਂ ਖੇਡ ਸਕੇ ਤੇ ਖੇੜੇ ਅੱਤ ਕੀ ਵੀ ਨਹੀਂ ਸਕਦੇ ਪਿਛਲੇ ਅਰ ਕੀ ਪਾਜੀ ਖੇਡੂਗਾ ਚਲ ਖੇਡੋਗੇ ਹਾਂ ਭਾਈ ਉਦੋਂ ਖੇਡਣਾ ਫਰਵਰੀ 7 ਨੂੰ ਆ ਜੀ ਹੋਰ ਭਾਈ 20 ਕਿ ਦਿਨ ਦੇ ਖੇਡਣ ਲਾਪਣਾ ਮੈਂ ਚਲੋ ਮਾਰੋ ਜੋਰ ਕਰੋ ਐਕਸਰਸਾਈਜ਼ ਹਾਂ ਜੀ ਭਾਜੀ ਐਸੋ ਭਾਈ ਦੀ ਹੈਵੀ ਐਕਸਰਸਾਈਜ਼ ਹੀ ਆ ਤੇ ਤੁਹਾਡੀ ਜ਼ਿੰਦਗੀ ਦੇ ਯਾਦਗਾਰ ਟੂਰਨਾਮੈਂਟ ਕਿਹੜੇ ਕਿਹੜੇ ਆ ਪੰਜ ਚਾਰ ਟੂਰਨਾਮੈਂਟਾਂ ਦਾ ਜ਼ਿਕਰ ਕਰੀਏ ਜੀ ਭਾਜੀ ਆਪਾਂ ਟੂਰਨਾਮੈਂਟ ਯਾਦਗਾਰ ਭਾਈ ਤਾਲੀ ਮੇਰੀ ਮਾਸੀ ਦੇ ਪਿੰਡਾ ਸੀਗਾ ਉੱਥੇ ਭਾਈ ਟੀਮਾਂ ਬਹੁਤ ਅਗੜੀਆਂ ਬਣੀਆਂ ਸੀਗੀਆਂ ਤਾਜੀ ਭਾਈ ਹੁਣ ਟੀਮ ਬਹੁਤ ਅਗੜੀ ਬਣੀ ਹੈ ਵਾਈਗਰੂ ਨਹੀਂ ਪਿੰਡਾ ਲੋਕੇਟ ਦੇ ਉੱਤੇ ਤੇ ਸਾਰੇ ਭਾਈ ਮੈਂ ਤੇ ਪਹਿਲਾਂ ਸਾਡਾ ਪਹਿਲਾ ਤਲਵੰਡੀ ਚੌਧਰੀਆਂ ਨਾਲ ਮੈਚ ਪਿਆ ਉਧਰ ਭਾਈ ਚਲੋ ਉਹਨਾਂ ਦੀ ਠੀਕ ਉਹਦੋਂ ਜਦ ਸੁਨਿਆਰੇ ਹੁਣ ਜਿੱਤੇ ਹੋਣੇ ਨਹੀਂ ਆਏ ਸੀ ਉਹ ਜਿੱਤੇ ਬਾਅਦ ਚ ਭਾਈ ਸਾਡਾ ਮੈਚ ਪੈ ਗਿਆ ਆਪਣੇ ਕਾਲੇ ਸੰਘਿਆ ਨਾਲ ਸਣੀ ਹੋਣਾ ਨਾ ਫੈਸਲੇ ਕਬੱਡੀ ਤੇ ਭਾਈ ਇਹ ਜਿੱਤੇ ਪਿੰਦ ਨੇ ਫੈਸਲੇ ਕਬੱਡੀ ਭਾਈ ਜੀ ਬਾਅਦ ਚ ਭਾਈ ਆਪਣੇ ਤਾਜੇ ਭਾਜੀ ਉਹਨਾਂ ਦਾ ਮੈਚ ਆਇਆ ਉਹ ਵੀ ਭਾਜੀ ਅਸੀਂ ਹਰਾਤੇ ਸੀ ਉਹ ਭਾਈ ਟੂਰਨਾਮੈਂਟ ਬੜਾ ਜਿਆਦਾ ਵਾਰੀ ਬਾਅਦ ਪੱਗਿਆ ਨਾ ਸੀ ਭਾਜੀ ਹੋਰ ਇਸ ਤਰ੍ਹਾਂ ਦਾ ਯਾਦਗਾਰ ਮੇਲਾ ਪਹਿਲੇ ਤਰ੍ਹਾਂ ਦਾ ਜਿੱਥੇ ਤੁਹਾਨੂੰ ਦੱਸ ਦੇ ਦੇ ਕੱਪ ਆਹ ਗੋੜਾ ਨਾ ਹੋਇਆ ਤੇ ਬਾਕੀ ਭਾਜੀ ਇੱਥੇ ਲੱਗੇ ਸਾਡੇ ਭਾਜੀ ਇੱਕ ਦਿਨ ਮੋਲੀਪੁਰ ਖੇਡ ਗਏ ਅਜ ਤੋਂ ਬੈਠ ਨਿਕਲੇ ਆ ਕਾਂ ਜਾ ਕੇ ਭਾਜੀ ਫੇਰ ਮੈਂ ਕਿੱਦਾਂ ਆ ਜਾ ਕੇ ਪੀ ਮੋਟਰਸਾਈਕਲ ਲੈ ਤਿਆਂ ਭਾਜੀ ਇੱਕ ਦਿਨ ਦੇ ਵਿੱਚ ਦੋ ਵਾਰ ਬੈਸਟ ਹਾਂਜੀ ਇੱਕ ਦਿਨ ਦੇ ਭਾਜੀ ਐਵੇਂ ਕਿਵੇਂ ਰਹਿ ਸਕਦਾ ਪਲੇਅਰ ਉਹ ਭਾਜੀ ਇੱਥੇ ਸੀਗਾ ਆਪਣੇ ਟੂਰਨਾਮੈਂਟ ਜਿੱਦਾਂ ਸ਼ੈੰਜ ਹੁੰਦੀ ਆ ਇਹ 3 ਵਜੇ ਤੋਂ ਪਹਿਲਾਂ ਪਿੱਲਾ ਕਰ ਦਿੰਦੇ ਆ ਤੁਹਾਨੂੰ ਪਤਾ ਕਮੇਟੀਆਂ ਲੈਟ ਮੈਟ ਚਲਾਉਂਦੀਆਂ ਅਕੈਡਮੀ ਵਾਲੇ ਇੱਥੇ ਹੀ ਖੇਡ ਗਏ ਨੇ ਇਦਾਂ ਮੈਂ ਤਾਂ ਪਿੰਡਾ ਬੈਠਾ ਕਿ ਨਾ ਉੱਥੋਂ ਫੋਨ ਨਹੀਂ ਆਇਆ ਯਾਰ ਲੋਕੜ ਨੂੰ ਗਿਆਦਾ ਉਦੋਂ ਸਾਨੂੰ ਪੈਂਟੇ ਦਾ ਲੈਣ ਵਾਲੇ ਨਹੀਂ ਭਾਈ ਫੋਨ ਕਰਤਾ ਫ ਇਹ ਤੋਂ ਖਿਡ ਗਏ ਇੱਥੇ ਬੈਠ ਨਿਕਲ ਗਏ ਦੋਨੇ ਉੱਥੇ ਆ ਕੇ ਭਾਈ ਫੇਰ ਮੋਟਰਸਾਈਕਲ ਜੱਤ ਗਿਆ ਇੱਕ ਦਿਨ ਦੇ ਵਿੱਚ ਦੋ ਵਾਰ ਬੈਸ ਰਿਕਾਰਡ ਬਣਾਇਆ ਫਿਰਦਾ ਭਾਈ ਰੱਬ ਲਈ ਪੁਰਾਣੇ ਸਮਿਆਂ ਦੇ ਵਿੱਚ ਸੁਣਿਆ ਸੀਗਾ ਕਿ ਪਲੇਅਰ ਇੱਕ ਦਿਨ ਦੇ ਵਿੱਚ ਦੋ ਦੋ ਟੂਰਨਾਮੈਂਟ ਖੇੜ ਜਾਂਦੇ ਸੀਗੇ ਪਰ ਤੁਹਾਡਾ ਤਾਂ ਮੈਨੂੰ ਲੱਗਦਾ YouTube ਤੇ ਰਿਕਾਰਡ ਪਿਆਗਾ ਦੋਨੇ ਥਾਂਵਾਂ ਤੇ ਲਾਈਵ ਪਿਆਗਾ ਹਾਂਜੀ ਲਾਈਵ ਪਿਆ ਭਾਈ ਬੈਠ ਨਿਕਲ ਗਿਆ ਭਾਈ ਤੇ ਸਭ ਤੋਂ ਤਕੜਾ ਕਿਹੜਾ ਜਫਾ ਲਾਇਆ ਤੁਸੀਂ ਜਿਸ ਜਫੇ ਨੂੰ ਆਪਣੀ ਜ਼ਿੰਦਗੀ ਦਾ ਯਾਦਗਾਰ ਜਫਾ ਮੰਨਦੇ ਹੋ ਓਏ ਤਾਜੀ ਭਾਈ ਫੇਵਰੇਟ ਵੀ ਆਪਣਾ ਉਹੀ ਹੈ ਤੇ ਜੱਫਾ ਵੀ ਉਹਨੂੰ ਲਾਇਆ ਭਾਜੀ ਤੇ ਆਪਣੇ ਟਾਲੀ ਭਾਜੀ ਟੂਰਨਾਮੈਂਟ ਸੀਗਾ ਉੱਥੇ ਭਾਜੀ ਨੂੰ ਮੈਂ ਤੱਜ ਭਿੰਦੂ ਜੱਫੇ ਲਾਈ ਭਾਜੀ ਤੁਹਾਡਾ ਫੇਵਰਿਟ ਆ ਕਿਤੇ ਗੁੱਸਾ ਨਾ ਕਰ ਜੇ ਭਾਜੀ ਨਹੀਂ ਨਹੀਂ ਭਾਜੀ ਗੁੱਸਾ ਕਰਦਾ ਭਾਜੀ ਇਨਸਾਨ ਬਹੁਤ ਵਧੀਆ ਹੈ ਭਾਜੀ ਪੂਰਾ ਕੈਂਟ ਬੰਦਾ ਜੱਫਾ ਆਪਣੇ ਭਾਜੀ ਲਾਈਆਂ ਇਧਰ ਦੁਆਬੇ 'ਚ ਦੁਆਬੇ 'ਚ ਮੇਰਾ ਦਿਆਂ ਸਾਰਿਆਂ ਦਾ ਮਨਪਸੰਦੀ ਰੀਡਰ ਉਹ ਹੋਣਾ ਹਾਂ ਕਾਫੀ ਪਲੇਅਰ ਨਾਲ ਗੱਲਬਾਤ ਕਰਦੇ ਹਾਂ ਉਹ ਕਹਿੰਦੇ ਕਿ ਸਾਡਾ ਮਨਪਸੰਦ ਰੀਡਰ ਤੱਜ ਜਾਗਾ ਤੱਜੇ ਦੀ ਦਲੇਰੀ ਜਾਂ ਅਕਸਰ ਗੱਲਾਂ ਹੁੰਦੀਆਂ ਨੇ ਭਾਜੀ ਹੁਣ ਜੇ 60 ਤੋਂ ਕਿਸੇ ਨੂੰ ਉੱਠਣਾ ਹੋਵੇ ਬ ਉਹ ਨੂੰ ਮੇ ਭਾਈ ਲੱਤਾਂ ਤੇ ਛੱਟ ਲੱਗੀ ਸੀ ਉਹ ਨੂੰ ਰੱਤਾਂ ਤੇ ਛੱਟ ਲੱਗੀ ਸੀ ਸਰਜਰੀ ਦੇ ਬਾਅਦ ਚ ਭਾਜੀ ਕਿੱਦਣਾ ਸੌਖਾ ਥੋੜੀ ਆ ਹਾਂ ਤਿੰਨ ਚਾਰ ਪਲੇਅਰ ਆ ਤਾਜਾ ਭਾਜੀ ਹੋਇਆ ਤੇ ਵਾਹਿਗੁਰੂ ਸੀਚਿਆ ਨੂੰ ਲੋਕ ਡਾਕਟਰਾਂ ਨੇ ਕਹਿ ਦਿੱਤਾ ਸੀ ਕਿ ਉੱਠ ਨਹੀਂ ਸਕਦਾ ਜਦੋਂ ਰੱਸੀ ਥੋੜਿਆ ਪਿਆ ਸੀ ਜਸਤੀ ਧੂੜ ਹੋਇਆ ਛੱਟ ਤੋਂ ਬਾਅਦ ਉੱਠਣਾ ਉਹਨੂੰ ਪੁੱਛੇ ਕੋਈ ਬੰਦਾ ਜਿਹੜਾ ਬੰਦਾ ਪਲੇਅਰ ਕਹਿ ਰਿਹਾ ਕਿ ਮੈਂ ਡਾਊਨ ਜਾ ਰਿਹਾ ਛੱਟ ਲੱਗੀ ਮੇਰਾ ਹੌਸਲਾ ਨਹੀਂ ਪੈਂਦਾ ਇਹਨਾਂ ਤੋਂ ਪੁੱਛੇ ਫੋਨ ਕਰਕੇ ਪੁੱਛ ਲੈ ਬਾਈ ਭਾਜੀ ਤੁਸੀਂ ਕਿਵੇਂ ਹੌਸਲੇ ਨਾ ਆਣਾ ਭਾਜੀ ਆਪਾਂ ਗੇਮ ਵਾਲੇ ਦੀ ਇੱਕੀ ਹੌਸਲਾ ਉਹ ਕਿੱਥੋਂ ਉੱਠੇ ਭਾਈ ਤਾਜੇ ਭਾਈ ਦੀ ਬਾਹਵਾ ਵੀ ਦੇਖ ਲਈ ਭਾਈ ਸਿੰਤੀਆਂ ਹੋਈਆਂ ਇੱਕ ਸਾਹ ਜੀ ਤੇ ਤਾਜਾ ਫੇਵਰਟ ਆ ਤੁਹਾਡਾ ਭਾਈ ਆਹ ਮੈਂ ਤਾਂ ਬਣੀ ਭਾਈ ਜਾਫੀ ਕਿਹੜਾ ਜੀ ਜਾਫੀ ਭਾਈ ਅਮਨਪੱਤਰ ਭਾਈ ਬਿੱਟੂ ਦਗਾਲ ਭਾਈ ਅਮਨਪੱਤਰ ਦੀ ਕੀ ਖਾਸੀਅਤ ਲੱਗੀ ਤੇ ਬਿੱਟੂ ਦਗਾਲ ਭਾਈ ਦੀ ਕੀ ਖਾਸੀਅਤ ਬਿੱਟੂ ਦਗਾਲ ਦਾ ਭਾਈ ਤਾਂ ਪਤਾ ਨਹੀਂ ਸਿਰ ਦੇ ਵਾਲ ਤੋਂ ਲੈ ਕੇ ਗੱਟਿਆਂ ਦੇ ਕੀ ਕਿਨੂੰ ਚੱਲ ਜਣਾ ਉਹ ਵਧੀਆ ਲੱਗਦਾ ਤੇ ਤੈਨ ਤੋਂ ਜਾਣਾ ਭਾਈ ਬਹੁਤ ਵਧੀਆ ਲੱਗਦਾ ਚਲੋ ਆਪਾਂ ਕੋਈ ਗੱਲ ਜੀ ਮਾੜੀ ਜਾਣ ਦੀ ਉਦਾਂ ਕਈ ਵਾਰੀ ਹੋ ਵੀ ਜਾਂਦਾ ਤੈਨ ਤੋਂ ਜਾ ਵੀ ਹੋ ਜਾਂਦਾ ਅਮਨਪੱਤਰ ਭਾਈ ਇੱਥੇ ਮੈਂ ਨਿੱਕੇ ਭਾਈ ਦੇ ਮੈਚ ਦੇਖੇ ਉਹ ਲਾਤਰੀ ਚੱਕ ਕੇ ਐਕਸ਼ਨ ਜਿਆ ਬਹੁਤ ਵਧੀਆ ਕਰ ਦਿੰਦੇ ਭਾਈ ਖੁੱਚਾ ਨੂੰ ਢੁੱਡ ਪਾਉ ਉਹਦੀ ਮਾਰ ਦਿੰਦਾ ਤੇ ਤੁਸੀਂ ਕਿਹੜੇ ਜਾਫੀ ਇਤਨਾ ਜੱਫਾ ਲਾਉਨੇ ਹੋ ਭਾਈ ਉਹਾਂ ਦੀ ਕਾਪੀ ਫੈਂਦੀ ਕਈ ਵਾਰੀ ਚਲੋ ਆਪਣੇ ਦਾ ਜਿਹੜਾ ਦਾ ਹੈਗਾ ਹੈਗਾ ਚੋਰ ਭਾਈ ਕਈ ਵਾਰੀ ਇਹਨਾਂ ਵਾਂਗੂ ਵੀ ਹੋ ਜਾਂਦਾ ਜਿਹਦਾ ਫੇਵਰੇਟ ਆ ਭਾਈ ਕਈ ਵਾਰੀ ਮਾਰਨ ਚ ਆਈ ਜਾਂਦਾ ਭਾਈ ਦੂਜਾ ਇਹ ਦਿਮਾਗ ਤਾਂ ਬਹੁਤ ਖੇਡਦੇ ਬਟ ਭਾਈ ਨਾਮ ਖੇਡਦਾ ਭਾਈ ਬਲਾਚੋਰ ਕਪ ਉਹ ਸ਼ਾਹਕੋਟ ਦੀ ਟੀਮ ਚ ਖੇਡਦੇ ਭਾਈ ਜੀ ਉਹਨੇ ਕਹਣਾ ਬੇਟਾ ਇਦਾਂ ਨਹੀਂ ਇਦਾਂ ਜਾ ਇਦਾਂ ਨਹੀਂ ਇਦਾਂ ਜਾ ਥੱਲੇ ਬਹੁਤ ਸੌਖਾ ਪੜਨਾ ਹੈ ਨਾ ਤੇ ਕਿੰਨੇ ਕੱਪ ਖੇਡਣ ਦਾ ਮੌਕਾ ਮਿਲੇ ਬਿੱਟੂ ਨਾਲ ਜੀ ਬਿੱਟੂ ਦਾ ਭਾਈ ਇੱਕ ਕਾਪੀ ਖੇਡਿਆ ਉਹ ਯਾਨੀ ਇੱਕ ਕਾਪ ਦੇ ਵਿੱਚ ਹਾਂ ਭਾਈ ਹਾਂ ਜੀ ਭਾਈ ਉਹਨੇ ਬਹੁਤ ਸਿਕਾਇਆ ਕਹਾਂ ਤੂੰ ਜਵਾਕਿਆ ਕਿਸੇ ਨੇ ਦੱਸਣਾ ਨੇ ਕਹਾਂ ਤੈਨੂੰ ਠੀਕ ਨਹੀਂ ਸਾਰੇ ਨੂੰ ਆਪਦੀ ਆਪਦੀ ਹੁੰਦੀ ਆ ਤੂੰ ਜਾ ਕਹਿੰਦਾ ਇਦਾਂ ਕਹਿੰਦਾ ਫੇਰ ਜੱਫੇ ਪੈਣੇ ਆ ਕਿਸੇ ਨੇ ਖੜੇ ਨੂੰ ਨੇ ਕਹਾਂ ਤੈਨੂੰ ਪੁੱਛਣਾ ਆ ਜੱਫਾ ਲਾਉਂਗਾ ਪੁੱਛੂੰਗਾ ਜੀ ਸੋਹਣੀ ਗੱਲ ਕਹੀ ਜੱਫਾ ਲਾਏ ਤੇ ਪੁੱਛਿਆ ਜਾਂਦਾ ਜੱਫਾ ਲਾਵਾਂਗੇ ਤਾਂ ਨਾਮ ਉੱਪਰ ਕੇ ਆਵੇਗਾ ਕਹਿੰਦਾ ਨੰਬਰ ਲਵਾਂਗਾ ਫੇਰ ਸਾਰਿਆਂ ਨੂੰ ਪੁੱਛਣਾ ਸਤੂ ਜਿ ਕਬੱਡੀ ਓਪਨ ਖੇਡਦੇ ਆ ਰਹੇ ਹਾਂ ਤੇ ਸਭ ਤੋਂ ਤਕੜਾ ਕਿਹੜੇ ਸਾਲ ਦੇ ਵਿੱਚ ਆ ਕਿਹੜੇ ਸੀਜ਼ਨ ਦੇ ਵਿੱਚ ਖੇਡੇ ਭਾਈ 2022-23 ਬੜਾ ਤਕੜਾ ਖੇਡੇ ਭਾਈ ਕਿਵੇਂ 2023 ਦਾ ਜ਼ਿਕਰ ਕਰੋ ਜੀ ਕਿਸ ਤਰ੍ਹਾਂ ਦਾ ਖੇਡੇ ਆਪਾਂ ਲਾਲੀਆਂ ਭਾਈ ਤੇ ਜਿਵੇਂ ਆਪਣੇ ਭਾਈ ਮੈਚ ਖੇਡੇ ਪਿਛੋਂ ਫਰਵਰੀ ਤੋਂ ਲੈ ਕੇ ਮੈਚ ਖੇਡੇ ਭਾਈ 28 ਕ ਟੂਰਨਾਮੈਂਟ ਖੇਡੇ ਜਿੱਦਾਂ ਮਾਰਚ ਤਾਈ ਲਗਾਤਾਰ ਕਿ ਖੇਡ ਗਏ ਸੀ ਤੇ ਉਹਦੇ ਵਿੱਚੋਂ ਭਾਈ 24 ਕ ਆਪਾਂ ਦਾ ਬੈਸਟ ਹੈਗਾ 28ਆਂ ਦੇ ਵਿੱਚੋਂ 24 ਦੇ ਬੈਸਟ ਹਾਂ ਭਾਈ ਜ਼ਿਕਰ ਕਰ ਸਕਦੇ ਹਾਂ ਕਿਹੜੇ ਕਿਹੜੇ ਉਹ ਕੱਪ ਸੀ ਕਿਹੜੇ ਕਿਹੜੇ ਟੂਰਨਾਮੈਂਟ ਸੀ ਜਾਂ ਕਿਹੜੇ ਕਿਹੜੇ ਸ਼ੋਅ ਮੈਚ ਸੀ। ਭਾਈ ਵਿੱਚੋਂ 10 ਦਿਨ ਤਾਂ ਭਾਈ ਮੇਦੇ ਰਿਆਂ ਪੂਰੇ ਭਾਈ 10 ਦਿਨ ਤੱਕ ਲਗਾਤਾਰ ਹੀ ਨਿਕਲ ਗਿਆ। ਜਿੱਦਾਂ ਇੱਕ ਅੱਧਾ ਦਿਨ ਟੂਰਨਾਮੈਂਟ ਨਹੀਂ ਹੋਇਆ ਉਹ ਗੈਪ ਆ। ਭਾਈ ਪਹਿਲੋਂ 21 ਤਰੀਕ ਨੂੰ ਮਟੋਲੇ ਨਿਕਲਿਆ ਇੱਥੇ ਬਾਟਨ ਹੈਗਾ ਪਹਿਲੋਂ ਇੱਕ ਦਿਨ ਖੇੜੇ ਨਿਕਲੇ 31000 ਦੇ। ਠੋਲੇ ਜਾ ਕੇ ਮੋਟਰਸਾਈਕਲ ਚੱਤੀਆਂ ਦੂਜੀ ਦਿਨ। ਫੇਰ ਦੂਜੀ ਦਿਨ ਭਾਈ ਖਿੱਡੇ ਫੇਰ 31000 ਇਦਾਂ ਤੇ ਬਾਅਦ ਚੋ ਐਲਸੀਡੀ ਚੱਤੀਆਂ ਭਾਈ ਸੱਦੋ ਵਾਲ ਵਿੱਚ 20 ਤਰੀਕ ਨੂੰ। ਤੇ ਫੇਰ ਭ ਹੇ ਮੋਟਰਸਾ ਜੱਤਿਆਂ ਭਾਈ ਦਾਹਦ ਨਾ ਕੇ ਜੋ ਬਾਈ ਵਾਲਾ ਵਧੀਆ ਧੱਕ ਦੇਣ ਤੇ ਇਹ ਮੈਂ ਦੋ ਕੁ ਦਿਨ ਖੇਡੇ ਨਹੀਂ ਭਾਈ ਜਿੱਦਣ ਫੇਰ ਖੇਡੇ ਫੇਰ ਬੈਸਟ ਹੀ ਨਿਕਲੇ ਲਗਾਤਾਰ ਜਾਨੀ ਕਿ ਲਗਾਤਾਰ ਵਧੀਆ ਬੈਸਟ ਤੌਰ ਤੇ ਖੇਡੇ ਹੋਗੇ ਹਾਂ ਭਾਈ ਬੈਸਟ ਤੌਰ ਤੇ ਵਧੀਆ ਖੇਡੇ ਭਾਈ ਜਿੰਨੀਆਂ ਪੋਸਟਾਂ ਪੈਣੇ ਚਾਹੀਦੀ ਸੀ ਉਹਨੀਆਂ ਪੋਸਟਾਂ ਪਈਆਂ ਕਿੰਨੀ ਸੋਸ਼ਲ ਮੀਡੀਆ 'ਤੇ ਫੋਟੋਆਂ ਭਾਈ ਪੰਜਾ ਪੀਚਾਂ ਵਾਲੇ ਤਾਂ ਪਾਦੇ ਹੁੰਦੇ ਭਾਈ ਬਾਕੀ ਸੋਸ਼ਲ ਮੀਡੀਆ ਦਾ ਤੁਹਾਨੂੰ ਪਤਾ ਜਮਾਨਾ ਵਾਂ ਜੇ ਪਲੇਅਰ ਨੂੰ ਲਿਆਉਣਾ ਕਮੈਂਟ ਨਹੀਂ ਛਾੜਨਾ ਸਾਰਾ ਕੋਹ ਜੋਪ ਹੀ ਛਾੜਨਾ ਵਾਂ ਕਈ ਸਾਲ ਹੋ ਸਕਦਾ ਆਪਣੇ ਗਾਜ ਬਣਾਏ ਹੋ ਤੁਸੀਂ ਆਪ ਸੋਸ਼ਲ ਮੀਡੀਆ ਕਿੰਨਾ ਯੂਜ਼ ਕਰਦੇ ਹੋ ਸੋਸ਼ਲ ਮੀਡੀਆ ਬਈ ਬਹੁਤ ਘੱਟ ਯੂਜ਼ ਕਰਦੇ ਯਾਰ ਕਰਿਆ ਕਰੋ ਆਪਣਾ ਪੇਜ ਬਣਾਓ ਆਈਡੀ ਬਣਾਓ ਅਜਾ ਵਾਹਿਗੁਰੂ ਦੀ ਕਿਰਪਾ ਨਾਲ ਇੱਥੋਂ ਬੈਸਟ ਰਹੇ ਆ ਇੱਥੋਂ ਆ ਜਿੱਤਿਆਗਾ ਜੇ ਤੁਸੀਂ ਪੋਸਟਾਂ ਪਾਉਂਗੇ ਤਾਈਓ ਦੂਜੇ ਵੀ ਸ਼ੇਅਰ ਕਰਨਗੇ ਪੇਜਾਂ ਵਾਲੇ ਕਿਤਨਾ ਕਿਤੇ ਆਪਦੀ ਵੀ ਗਲਤੀ ਹੋ ਸਕਦੀ ਆ ਹਾਂ ਭਾਜੀ ਹੋ ਸਕਦੀ ਆ ਭਾਈ ਹੋਜੋ ਬਿੱਡੀਆਂ ਮੇਤੋਂ ਬੜਾ ਭਾਜੀ ਹੁੰਦਾ ਨਹੀਂ ਯਾਰ ਜੇ ਉਦਾਂ ਕਿਸੇ ਨੇ ਮੈਨੂੰ ਇਹ ਡਰਾਜਟਾ ਤੇ ਮੜਾ ਪਾਤੀ ਪੋਸਟ ਮੈਂ ਉਹ ਸਪੂਰੀਆਂ ਸਪੂਰੀਆਂ ਪਾ ਦਤਾਂਗਾ ਜਾਂ WhatsApp ਤੇ ਪਾ ਦਨੀ ਤੇ 23 ਦਿਨ ਬੈਸਟ ਰਹੇ ਤੁਸੀਂ ਦੱਸ ਰਹੇ ਹੋ 28 ਦਿਨਾਂ ਦੇ ਵਿੱਚੋਂ ਹਾਂਜੀ 28 ਮੈਚ ਖੇਡ ਕੇ 24 ਬੈਸਟ ਰਹੇ ਸੀਗੇ ਤੇ ਸਭ ਤੋਂ ਵੱਧੋ ਕੀ ਕੁਝ ਜਿੱਤੇ ਉਹਦੋਂ ਵਿੱਚੋਂ ਭਾਈ ਹੈਲਸੀਡੀਆਂ ਜਾਂਦੀਆਂ ਦੋ ਕ ਦੋ ਦਿਨ ਤੇ ਭਾਈ ਮੋਟਰਸਾਈਕਲ ਜਾਂਦੀਆਂ ਤਿੰਨ ਕ ਤੀ ਪਰ ਹੀ ਆਪਣਾ ਨਗਦ ਵਾਲੀ ਚੀਜ਼ ਨਾਲ ਤੇ ਆਪਣੀ ਕਾਫੀ ਜ਼ਿਆਦਾ ਗੱਲਬਾਤ ਹੋਈ ਮੈਂ ਖੇਡ ਕਬੱਡੀ ਬਾਰੇ ਐਂਡ ਕਰਨ ਨੂੰ ਦਿਲ ਨਹੀਂ ਕਰ ਰਿਹਾ ਕਾਫੀ ਹੋਰ ਗੱਲਾਂ ਬਾਤਾਂ ਕਰੀਏ ਕਿਉਂਕਿ ਸਮਾਂ ਇਜਾਜ਼ਤ ਨਹੀਂ ਦਿੰਦਾ ਲਾਸਟ ਦੇ ਵਿੱਚ ਨਿੱਜੀ ਜੀਵਨ ਮਰੇ ਜਾਣੀਏ ਡੇਟ ਆਫ ਬਰਥ ਕੀ ਆ ਤੇ ਮਾਤਾ ਪਿਤਾ ਦਾ ਕੀ ਨਾਮ ਆ ਤੇ ਪਰਿਵਾਰ ਦੇ ਵਿੱਚ ਕੌਣ-ਕੌਣ ਆ ਤੁਹਾਡੇ ਜੀ ਪਰਿਵਾਰ ਦੇ ਵਿੱਚ ਫਾਦਰ ਸਾਹਿਬ ਆ ਜੀ ਸਰਦਾਰ ਲਾਸ਼ਮਣ ਸਿੰਘ ਜੀ ਮਾਤਾ ਦਲਜੀਤ ਕੌਰ ਤੇ ਭੈਣ-ਭਰਾ ਵਾ ਵਾਈਫ ਆ ਇੱਕ ਬੇਟਾ ਵਾ ਜੀ ਤੇ ਬੇਟੇ ਦਾ ਕੀ ਨਾਮ ਰੱਖਿਆ ਜੀ ਉਹਦਾ ਗੁਰਨਵਜ ਪਾਜੀ ਗੁਰਨਵਜ ਸਿੰਘ ਗੁਰਨਵਜ ਸਿੰਘ ਹਾਂ ਜੀ ਤੇ ਤੁਹਾਡਾ ਰੀਅਲ ਨੇਮ ਮੇਰਾ ਰੀਅਲ ਨਾਮ ਭਾਈ ਸਤਪਾਲ ਸਿੰਘ ਜੀ ਮੈਨੂੰ ਇਹਨਾਂ ਨੇ ਕਿਹਾ ਸਤਵੀਰ ਆ ਕਿਤੇ ਨਹੀਂ ਨਹੀਂ ਭਾਈ ਸਤਪਾਲ ਸਿੰਘ ਆ ਜੀ ਨਿਕਨੇਮ ਸਤੂ ਨਿਕਨੇਮ ਸਤੂ ਭਾਈ ਜੀ ਦੇਮੇਕੇ ਸ਼ੇਰਪੁਰ ਦੋਨਾ ਪੰਢਾਲ ਦੋਨਾ ਸਿੱਧਵਾ ਦੋਨਾ ਤਿੰਨੇ ਪਿੰਡਾਂ ਦੇ ਵਿੱਚ ਪਲੇਅਰ ਕਾਫੀ ਜ਼ਿਆਦਾ ਤੁਹਾਡੇ ਪਿੰਡ ਦੇ ਵਿੱਚ ਘੱਟ ਕਿਉਂ ਨੇ ਕੋਈ ਸਾਡੇ ਪਿੰਡ ਦੇ ਵਿੱਚ ਪਲੇਅਰ ਕੁਦਰਤੀ ਹੁੰਦਾ ਭਾਜੀ ਹੁਣ ਆਪ ਹੀ ਖੇਡਦਾ ਕੱਲਾ ਪਲੇਅਰ ਆ ਭਾਜੀ ਜਿਲਾ ਲੀਏ ਆਪਾਂ ਹੌਲੀ ਹੌਲੀ ਭਾਜੀ ਹੁਣ ਨਿਆਣੇ ਖੇਡਦੇ ਮਗਰ ਦੇਖੇ ਉੱਠਣਗੇ ਕੋਈ ਨਾ ਕੋਈ ਉਹਨਾਂ ਦੇ ਭਾਜੀ ਪਲੇਅਰ ਬਹੁਤ ਸਾਰੇ ਮਗਰ ਨਵੇਂ ਤੋਂ ਨਵਾਂ ਤੋਂ ਉੱਠ ਪਿੰਦਾ ਜਿੱਦਾਂ ਆਪਾਂ ਕਾਲੇ ਸੰਘਿਆ ਨਾਲੀਆਂ ਇਹਨੂੰ ਵਰਦਾ ਨਹੀਂ ਆ ਮਗਰ ਪਲੇਅਰ ਉੱਠਾ ਰਿਹਾ ਰਿਹਾ ਸੌਰਖਪੁਰ ਹੋਇਆ ਕੀ ਰਾਂ ਲ ਹੋਈ ਪੰਡਾਲ ਪਲਾਨ ਦੋਦਾਂ ਹੋਈ ਆਪਣੀ ਇਹ ਉੱਠਿਆ ਰਹਿੰਦਾ ਭਾਜੀ ਮਗਰ ਪਲੇਅਰ ਕੋਈ ਨਾ ਕੋਈ ਯਾਨੀ ਕਿ ਤੁਹਾਡੇ ਪਿੰਡ ਚੋਂ ਉੱਭਰ ਰਿਹਾ ਹਾਂਜੀ ਭਾਜੀ ਆਪਣੇ ਇਦਾਂ ਫੇ ਪਿੰਡ ਪੱਧਰ ਦੀ ਟੀਮ ਨਹੀਂ ਬਣਦੀ ਭਾਜੀ ਕਲੱਬਾਂ ਦੀ ਕਿਤੇ ਕਿਤੇ ਭਾਜੀ ਪਿੰਡ ਪੱਧਰ ਦੀ ਜਿਨ੍ਹਾਂ ਨੇ ਖੇਡਣ ਵਾਲੇ ਸੀਗੇ ਵਧੀਆ ਕੋਈ ਬਾਹਰ ਤੁਰ ਗਿਆ ਕੋਈ ਕੌਚ ਹੋ ਗਿਆ ਸਤੂ ਯਾਨੀ ਕਿ ਤੁਹਾਡੇ ਇਲਾਕੇ ਦੇ ਨਵੇਂ ਮੁੰਡੇ ਜਾਂ ਪੁਰਾਣਿਆਂ ਦੀ ਗੱਲਬਾਤ ਕਰੀਏ ਜਿਆਦਾ ਤਰਜੀਹ ਵਿਦੇਸ਼ ਨੂੰ ਦਿੰਦੇ ਆ ਕਬੱਡੀ ਕਰਦੀ ਜਾਂਦੀ ਹੈ ਜਿਵੇਂ ਕਬੱਡੀ ਤੇ ਕਪੂਰਥਲਾ ਚੀਜ਼ਾਂ ਕੋਈ ਦੋ ਨਾ ਪਹਿਲਾਂ ਬੜਾ ਨਾਮ ਚੱਲਦਾ ਸੀ ਹੁਣ ਟੀਮਾਂ ਗਿਣਤੀ ਦੇ ਰਹੇ ਗਏ ਪਹਿਲਾਂ ਹਰ ਪਿੰਡ ਦੇ ਵਿੱਚ ਟੀਮ ਸੀਗੀ ਪਹਿਲਾਂ ਭਾਜੀ ਹਰ ਪਿੰਡ ਦੇ ਵਿੱਚ ਟੀਮ ਸੀਗੀ ਜਦੋਂ ਆਪਣੀ ਤਾਜਪੁਰ ਦੀ ਟੀਮ ਬਹੁਤ ਵਧੀਆ ਬੰਮੀ ਨ ਕੋਰੇ ਭਾਜੀ ਹੁਣੀ ਆਪਣਾ ਸੁੱਖੇ ਭਾਜੀ ਹੁਣੀ ਹੁੰਦੇ ਸੀ ਇਹਨਾਂ ਦੀ ਟੀਮ ਬਹੁਤ ਵਧੀਆ ਬੰਦੀ ਹੁੰਦੀ ਇਧਰੋਂ ਲਾਲਾ ਭਾਜੀ ਟਿੱਬੇ ਵਾਲੀਆਂ ਹੋਗੀ ਟੀਮ ਟਿੱਬੇ ਦੀ ਹੋਗੀ ਡੜਬੰਡੀ ਦੀ ਇਹ ਸਾਰੀਆਂ ਟੀਮਾਂ ਭਾਜੀ ਪਿੰਡ ਪੱਧਰ ਦੀਆਂ ਆ ਆਪਣੀਆਂ ਜਿਹੜੀਆਂ ਕਪੂਰਥਲੀ ਦੀਆਂ ਕਾਲਾ ਸੰਘਾ ਕੀਰਾਂ ਵਾਲੀ ਪੰਡਾਲ ਦੋਨਾ ਹੋਗੀ ਇਹ ਸਾਰੀਆਂ ਵਧੀਆ ਟੀਮ ਉਹ ਕਾਟਾ ਇਹਨਾਂ ਦੇ ਪਿੰਡਾਂ ਜੀ ਮੈਚ ਹੁੰਦੇ ਆ ਜਿਹੜੀਆਂ ਟੀਮਾਂ ਬਣਦੀਆਂ ਪਿੰਡ ਪੱਧਰ ਦੀਆਂ ਬਾਕੀ ਸਾਰੇ ਆਲ ਉਪਨ ਜਾਂ ਕੱਪ ਕਰਾ ਦਿੰਦੇ ਜੀ ਹੋਣੇ ਚਾਹੀਦੇ ਪਿੰਡ ਪੱਧਰ ਦੇ ਮੈਚ ਤੇ ਨਵੇਂ ਪਲੇਅਰ ਉਹ ਨਵੇਂ ਪਲੇਅਰ ਫੇਹੀ ਓਖਣਗੇ ਤੇ ਪਿੰਡ ਪੱਧਰ ਤੇ ਹੋਊਗੀ ਥੋੜਾ ਮੌਕਾ ਮਿਲ ਜਾਣਾ ਹੁਣ ਅਕੈਡਮੀ ਚ ਪਾਈ ਅਗਲੇ ਨੇ ਉਹ ਪਲੇਅਰ ਲੈਣਾ ਵਾ ਜਿਹੜਾ ਨੰਬਰ ਲੈਂਦਾ ਜੀ ਇਹ ਜਿਹੜਾ ਨੰਬਰ ਲੈਂਦਾ ਨੰਬਰ ਨੂੰ ਪੁੱਛਿਆ ਜਾਂਦਾ ਸਿੱਧੀ ਆ ਗੱਲ ਜੇਤੂਆਂ ਨੂੰ ਪੁੱਛਿਆ ਜਾਂਦਾ ਉੱਪਰ ਜੇਤੂਆਂ ਨੂੰ ਕੋਈ ਨਹੀਂ ਪੁੱਛਦਾ ਹਾਂ ਭਾਈ ਜਿਹੜਾ ਜੱਫੀ ਲਾਉਂਦਾ ਵਾ ਉਹਰੇ ਰੇਡਾਂ ਆ ਉਹਰੇ ਠੋਕੇ ਪ ਉਹਨੂੰ ਭਾਜੀ ਫੜਨਗੇ ਇਹ ਅਕਾਦਮੀ ਜੇ ਤਾਂ ਭਾਜੀ ਕਬੱਡੀ ਦਾ ਦਸਤੂਰੀ ਆ ਭਾਜੀ ਜਾਂ ਨੰਬਰ ਲੈਣੇ ਆ ਤਕੜੇ ਆ ਉਦੋਂ ਭਾਈ ਸਾਰੇ ਨਾਲ ਹੀ ਆ ਤੇ ਆਪਾਂ ਅੱਜ ਗਰਾਊਂਡ ਦੇ ਵਿੱਚ ਬੈਠੇ ਹਾਂ ਇਸ ਗਰਾਊਂਡ ਦੇ ਵਿੱਚ ਮਿਹਨਤ ਕਰੀਆ ਤੁਸੀਂ ਹਾਂਜੀ ਭਾਜੀ ਇਹ ਗਰਾਊਂਡ ਦੇ ਵਿੱਚ ਤੇ ਸਕੂਲ ਵੀ ਜਾਮ ਨਾਲ ਐਸੇ ਸਕੂਲ ਦੇ ਵਿੱਚ ਪੜ੍ਹੇ ਹੋ ਸਕੂਲ ਨਹੀਂ ਭਾਜੀ ਮੈਂ ਸੀਚੜ ਵੱਲੋਂ ਪੜ੍ਹਿਆ ਭਾਜੀ ਤੇ ਆਪਣਾ ਭਾਜੀ ਬਾਅਦ ਚੋਂ ਮੈਂ ਤਾਰਪੁਰ ਪੜ੍ਹਿਆ ਤੇ ਬਾਅਦ ਚੋਂ ਸੀਚੜ ਭਾਜੀ ਫੀਲ ਆ ਗਿਆ ਜਿਗਾ ਕਿੱਥੋਂ ਤੱਕ ਪੜ੍ਹਾਈ ਹੋਈ ਮੈਂ ਭਾਈ ਇਹ ਸੈਕੰਡ ਯਰ ਕੀਤੀ ਭਾਜੀ ਕਿਸ ਕਿਸ ਤਰ੍ਹਾਂ ਦੀ ਪੜਨ ਦੇ ਵਿੱਚ ਪੜਨ ਦੇ ਭਾਈ ਤੁਹਾਨੂੰ ਪਤਾ ਹੀ ਆ ਪਲੇਅਰ ਕਿੱਦਾਂ ਆਉਂਦਾ ਪੜਨ ਨਾਲ ਧਿਆਨ ਖੱਟ ਹੁੰਦਾ ਇਹ ਭਾਈ ਕਿੰਨੇ ਪਰਸੈਂਟ ਨੰਬਰ ਆਲੇ ਸੀ ਪਾਈਜਾ ਆਪਾਂ ਕਹੀਏ ਉਹਦੇ ਵਿੱਚੋਂ 10ਵੇਂ ਰੁਪਿਆਕ ਪਰਸੈਂਟ ਆ ਗਿਆ 12ਵੇਂ ਭਾਈ ਠਾਢਕ ਪਰਸੈਂਟ ਸੀ ਜਾਨੀ ਕਿ 50% ਤੋਂ ਉੱਪਰ ਪੜਿਓ ਵਧੀਆ ਨੰਬਰਾਂ ਦੇ ਵਿੱਚ ਪੜਿਓ ਨਹੀਂ ਤਾਂ ਅਕਸਰ ਗੱਲਬਾਤ ਕਰਦੇ ਨੇ ਪੁਰਾਣੇ ਪਲੇਅਰਾਂ ਨਾਲ ਉਹ ਕਹਿੰਦੇ ਆ ਕਿ ਸੀ 33% ਵਾਲੇ ਸੀਗੇ ਹਾਂ ਭਾਈ ਅਸੀਂ ਇੱਥੇ ਹੀ ਪੜਦੇ ਹੁੰਦੇ ਮੰਨਾਂ ਇਹ ਬੱਲਾ ਵਾਲਾ ਇਕੱਠੇ ਹੁੰਦੇ ਜੀ ਤੇ ਵੀ ਇਹ ਸੀਚਲ ਉਹ ਵੀ ਇੱਥੇ ਪੜਦਾ ਗਿਆ ਵਾ ਜੀ ਇਕੱਠੇ ਪੜਦੇ ਹੁੰਦੇ ਭਾਈ ਉਹ ਜੋ ਸੰਤਾਂ ਦਾ ਸੰਤਾਂ ਦੀ ਭਾਜੀ ਹਾਂ ਸਕੂਲ ਵੀ ਆ ਕਾਲਜ ਵੀ ਆ ਵਿੱਚ ਕਾਲਜ ਵੀ ਹਾਂਜੀ ਭਾਜੀ ਗਰਾਊਂਡ ਵੀ ਬੜਾ ਸੋਹਣਾ ਗਾ ਗਰਾਊਂਡ ਤਾਂ ਭਾਈ ਬੜਾ ਵਧੀਆ ਵਾ ਸਟੇਡੀਅਮ ਬੜਾ ਵਧੀਆ ਬਣਾਇਆ ਹੋਇਆ ਮਿਹਨਤ ਬੜੇ ਪਲੇਅਰ ਉੱਥੇ ਕਰਦੇ ਆ ਜਾ ਕੇ ਅਕਸਰੀ ਭਾਜੀ ਮਿਹਨਤ ਫੇ ਭਾਈ ਸਟੇਡੀਅਮ ਹੋਵੇ ਪਿੰਡ ਦੇ ਤਾਂ ਉਦਾਂ ਪੌੜੀਆਂ ਪੁੜੀਆਂ ਬਣੀਆਂ ਮਿਹਨਤ ਭਾਈ ਹਰੇਕ ਕੋਈ ਲਾਇ ਲਿੰਦਾ ਫੇ ਜੋ ਉਦਾਂ ਵੀ ਭਾਈ ਨਹੀਂ ਖੇਡਣ ਵਾਲਾ ਤਾਂ ਵੀ ਕੋਈ ਲਾਇਊਗਾ ਹੀ ਤੇ ਤੁਸੀਂ ਮਿਹਨਤ ਕਿੱਥੇ ਕਰੀਆ ਤੇ ਕਿੰਨਾ ਕੋਲੇ ਕਰੀਆ ਜਿਆਦਾ ਮਿਹਨਤ ਮੈਂ ਭਾਜੀ ਪਿੱਲੋ ਪਿੱਲੋ ਇੱਥੇ ਹੀ ਕਰਦੇ ਰਹੇ ਆ ਭਾਜੀ ਬਾਅਦ ਚੋਂ ਭਾਈ ਮੈਚ ਹੀ ਨੇ ਆਫਸੀਜਨ ਭਾਈ ਮਾੜਾ ਮੋਟਾ ਪਾਜ ਭੁੱਜ ਲਿਆ ਹੋਊਗਾ ਮੈਂ ਤਾਂ ਨਹੀਂ ਭਾਈ ਰੱਬ ਵੱਲੋਂ ਗॉड ਗਫਟ ਲਾ ਰਹੀਆਂ ਆਪਾਂ ਐਕਸ ਸਾਡੀ ਉਹ ਵੀ ਕਬੱਡੀ ਹੈਗੀ ਆ ਵਿੱਚ ਤੇ ਤੁਹਾਡਾ ਕਬੱਡੀ ਚ ਉਸਤਾਦ ਕੌਣ ਆ ਤੇ ਕੋਚ ਕੌਣ ਆ ਭਾਈ ਪੀਲੋ ਜਦੋਂ ਖੇਡਣ ਲੱਗੇ ਸੀਗੇ ਜਿੱਦਾਂ ਪਿੰਡੋਂ ਮੁੰਡਾ ਹੁੰਦਾ ਸੀਗਾ ਉਹਨਾਂ ਨੇ ਲੱਜਣਾ ਸੀ ਉਹ ਖੇਡਦੇ ਹੁੰਨੇ ਸੀਗੇ ਉਸਤਾਦ ਭਾਈ ਆਪਣਾ ਨੇਕ ਭਾਜੀ ਮਾਲੂਪੁਰ ਵਾਲਾ ਹੈਪੀ ਭਾਜੀ ਮਾਲੂਪੁਰ ਵਾਲਾ ਇਹਨਾਂ ਨੇ ਕਿਦਾਂ ਭਾਜੀ ਆਪਾਂ ਨੂੰ ਗਾਂ ਲਗਾਇਆ ਇਹਨਾਂ ਦੀ ਟੀਮ ਚ ਖੇਡੇ ਆ ਤੇ ਇਹਨਾਂ ਦਾ ਵੀ ਮੂਰੇ ਆ ਸਾਰਾ ਕੁਝ ਜੋ ਵੀ ਆ ਅਸੀਂ ਉਮੀਦ ਕਰਦੇ ਹਾਂ ਮੈਂ ਵਧੀਆ ਖੇਡਦਾ ਹਾਂ ਮਾਂ ਦਾ ਕੀ ਪਤਾ ਇਹਨਾਂ ਦਾ ਕਰਕੇ ਖੇਡਦਾ ਹਾਂ ਅਸੀਂ ਉਮੀਦ ਕਰਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਹੋਰ ਅੱਗੇ ਜਾਵਾਂ ਜਿਵੇਂ ਕਿ ਇੰਗਲੈਂਡ ਦੇ ਵਿੱਚ ਕੈਨੇਡਾ ਦੇ ਵਿੱਚ ਕਬੱਡੀ ਖੇਡਾਂ ਅਮਰੀਕਾ ਦੇ ਵਿੱਚ ਖੇਡਾਂ ਜਿੱਥੇ ਜਿੱਥੇ ਕਬੱਡੀ ਹੁੰਦੀ ਹੈ ਉੱਥੇ ਕਬੱਡੀ ਖੇਡਾਂ ਉਮੀਦ ਕਰਦੇ ਹਾਂ ਤੇ ਫਿਰ ਜਾਂਦੇ ਜਾਂਦੇ ਸੰਦੇਸ਼ ਕੀ ਦੇਣਾ ਚਾਹੁੰਦੇ ਹਾਂ ਜੋ ਦਰਸ਼ਕ ਵੀਰ ਤੁਹਾਡਾ ਪ੍ਰੋਗਰਾਮ ਡੀਪੀਡੀ ਟੈਲੀਵਿਜ਼ਨ ਤੇ ਦੇਖ ਰਹੇ ਨੇ ਪਾਜੀ ਆਪਾਂ ਸੰਦੇਸ਼ ਇਹ ਦਿੰਨੇ ਆ ਜਦੋਂ ਪਲੇਅਰ ਹਨਾ ਵਧੀਆ ਖੇਡਦਾ ਵਾ ਉਹਦਾ ਮੁੱਲ ਪਾਓ ਕੋਈ ਵੀ ਆ ਕੇ ਪਾਜੀ ਹਰੇਕ ਜ਼ੀਰੋ ਤੋਂ ਉੱਠਦਾ ਪਾਜੀ ਸੱ ਜਿੱਥੇ ਜਾਣ ਵਾਲਾ ਵਾ ਇਹ ਨਹੀਂ ਮੈਂ ਕਿਹਾ ਕੈਨੇਡਾ ਜਿਹੜਾ ਕੈਨੇਡਾ ਜਾਣ ਵਾਲਾ ਵਾ ਇੰਗਲੈਂਡ ਜਾਣ ਵਾਲਾ ਉੱਥੇ ਜਾਣ ਵਾਲਾ ਨਹੀਂ ਉਹਨੂੰ ਯੂਰਪ ਘੱਲੋ ਕੈਡਮੀ ਵਾਲੇ ਵੀ ਠੀਕ ਨੇ ਹਰੇਕ ਨੂੰ ਪਤਾ ਹੁੰਦਾ ਭਾਜੀ ਹਰੇਕ ਦਾ ਹੱਥ ਪਿੰਦਾ ਹੁੰਦਾ ਕਿਤੇ ਨਾ ਕਿਤੇ ਆ ਸਾਡਾ ਪਲੇਅਰ ਚੱਲ ਵਧੀਆ ਖੇਡਿਆ ਇਹਨੂੰ ਕੱਢਣਾ ਚਾਹੀਦਾ ਵਾ ਹਰੇਕ ਨੂੰ ਭਾਜੀ ਇਹ ਹੁੰਦਾ ਵਾ ਹੁਣ ਭਾਜੀ ਮੈਂ ਵੀ ਖੇਡਦਾ ਵਾ ਮੈਨੂੰ ਵੀ ਇਹ ਹੈ ਮੈਂ ਇੱਥੇ ਤਕੜਾ ਖੇਡਿਆ ਵਾ ਠੀਕ ਆ ਤਾਂ ਜੇ ਤਕੜਾ ਖੇਡਿਆ ਵਾ ਤਾਂ ਭਾਜੀ ਮੈਨੂੰ ਬਾਹਰ ਜਾਣਾ ਬਣਦਾ ਸੀ ਇਹੇ ਕਹਿੰਦਾ ਜਿਹੜਾ ਪਲੇਅਰ ਵਧੀਆ ਖੇਡਦਾ ਉਹਨੂੰ ਬਾਹਰ ਹਟ ਜਾਓ ਅਗਲੇ ਬੜੀ ਕੰਟਰੀ ਨਹੀਂ ਭਾਈ ਛੋਟੀ ਕੰਟਰੀ ਲਾਜੋ ਜੀ ਬੜਾ ਸੁਣਾ ਸੰਦੇਸ਼ ਦਾ ਤੁਹਾਡਾ ਤੇ ਬਹੁਤ ਬਹੁਤ ਸ਼ੁਕਰ ਹੈਂ ਦੀ ਟੀਮ ਦੇ ਲਈ ਟਾਈਮ ਕਿਹਾ ਧੰਨਵਾਦ ਜੀ ਧੰਨਵਾਦ ਜੀ ਓਕੇ ਆ ਵੀ ਭਾਈ